ਡੁਗਰ ਰਤਨ ਕਾਰਜਕ੍ਰਮ 'ਚ ਦੋਸਤੋ ਤੁਹਾਡਾ ਸਭਨੇ ਦਾ ਸਵਾਗਤ ਹੈ। ਆਉਂ ਹਾਂ ਪ੍ਰਵੀਨ ਸ਼ਰਮਾ, ਤੁਸੀਂ ਦੇਖਿਆ ਕਰਦੇ ਹੋ ਦੈਨਿਕ ਸਟੇਟ ਸਮਾਚਾਰ। ਦੋਸਤੋ, ਸਾਡੇ ਚੈਨਲ ਦਾ ਪ੍ਰਯਾਸ ਹੁੰਦਾ ਵੀ ਕਲਾ ਜਾਂ ਕਲਾ ਸੰਸਕ੍ਰਿਤੀ ਕਨੇ ਕੋਈ ਵੀ ਜਿਹੜਾ ਕਲਾਕਾਰ ਜੁੜੇ ਦਾ ਉਸ ਅਸੀਂ ਆਪਣੇ ਮੰਚ ਪਰ ਬੁਲਾਉਂਦੇ ਅਤੇ ਉਹਦੇ ਕਨੇ ਗੱਲ ਕਥ ਕਰੀਏ, ਖਾਸ ਕਰੀਏ ਉਹ ਜਿਹੜਾ ਰੋਮਾਂਚ ਹੁੰਦਾ ਉਹਦੇ ਅੰਦਰ ਜਿਹੜੀ ਕਲਾ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚਾਉਣ ਦਾ ਪ੍ਰਯਾਸ ਕਰਨਾ ਹੈ। ਅਤੇ ਅੱਜ ਦੀ ਕੜੀ ਦੇ ਵਿੱਚ ਤੁਸੀਂ ਬੌਂਸਰੀਆਂ ਦੇਖਿਆ ਕਰਦੇ, ਬੜੀਆਂ ਸਾਡੇ ਟੇਬਲ ਦੇ ਉੱਪਰ ਤਾਂ ਲੱਗੀ ਦੀ ਹੈ ਔਰ ਸਮਝੀ ਵੀ ਗਏ ਹੁਣ। ਅੱਜ ਸਾਡੇ ਕਲਾਕਾਰ ਨੇ ਬੌਂਸਰੀ ਵਾਦਕ ਨਰੇਸ਼ ਸ਼ਰਮਾ ਔਰ ਨਰੇਸ਼ ਜੀ ਤੁਹਾਡਾ ਮਤਾ ਮਤਾ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ। ਅੱਜ ਪਹਿਲੀ ਵਾਰੀ ਮੈਂ ਆਇਆ, ਅੱਜ ਡੋਗਰੀ 'ਚ ਬੋਲ ਰਿਹਾ ਵੀ ਮੌਕਾ ਲੱਭਾ ਦਾ। ਮੈਂ ਅੱਗੇ ਕਈ ਵਾਰੀ ਬੜੀ ਜਗ੍ਹਾ ਇੰਟਰਵਿਊ ਦਿੱਤੇ ਲੇਕਿਨ ਵੀ ਇਹ ਚਾਹ ਰਿਹਾ ਮੇਰਾ ਕਦੇ ਡੋਗਰੀ 'ਚ ਕੋਈ ਮੇਰੇ ਨਾਲ ਗੱਲ ਕਰਦਾ, ਅੰਮੀ ਆਪਣੀ ਡੋਗਰੀ ਪਹਾੜੀ ਬੋਲੀ ਬੋਲਾਂ। ਸੱਚਮੁੱਚ ਤੁਸੀਂ ਜਿਸ ਇਲਾਕੇ ਕਰਨੇ ਆਪਣਾ ਅਸੀਂ ਦੇਖਿਆ ਕਰਨੇ ਵੀ ਜੀਵਨ ਸ਼ੈਲੀ ਤੁਹਾਡੀ ਸ਼ੁਰੂ ਹੋਈ ਦੀ ਜਿੱਥੋਂ ਜਨਮ ਸਥਾਨੀ ਹੈ ਤੁਹਾਡੀ, ਉਹ ਇਲਾਕਾ ਗਿਆ ਬੜਾ ਸ਼ੁੱਧ ਡੋਗਰੀ ਬੋਲਣ ਵਾਲਾ ਔਰ ਉਹਦੇ ਅਸੀਂ ਦੇਖਣੇ ਵੀ ਜਿਹਦੇ ਪਹਾੜੀਆਂ ਧਾਰਿਆਂ ਦੇ ਵਿੱਚ ਆ ਵੀ ਅਗਰ ਕੋਈ ਹਵਾ ਫਰਫਰ ਕਰੀ ਝੁਲਦੀ ਤਾਂ ਉਹਦੇ 'ਚ ਸੰਗੀਤ ਹੁੰਦਾ ਔਰ ਬੰਸਰੀ ਦੀ ਜਿਹੜੇ ਗੱਲ ਕੀਤੀ ਜਾ ਤੋ ਪਹਾੜੇ ਦੀ ਧਾਰਿਆਂ ਦੇ ਉੱਪਰ ਜਿਹੜੇ ਬੈਠੇ ਦੇ ਅਸੀਂ ਦੇਖਣੇ ਕਈ ਵਾਰੀ ਪਸ਼ੂ ਚਰਾ ਕਰਦੇ ਜਿਹੜੇ ਉਹ ਚਰਵਾਲ ਗਏ ਹੁੰਦੇ ਨੇ ਉੱਪਰ, ਉਹ ਬੰਸਰੀ ਜ਼ਿਆਦਾ ਦਿਖਣੇ ਪਏ ਅਸੀਂ ਬੱਕਰਵਾਲ ਲੋਕ ਬੜੀ ਉੱਧਰ ਵਜਾਉਂਦੇ ਨੇ ਤਾਂ ਉਹ ਜਿਹੜੇ ਦੂਰ ਆਦਾ ਬੈਠੇ ਦੇ ਵੀ ਨਿੱਕੀ ਜਿਹੀ ਤਾਣ ਕੰਨੇ 'ਚ ਪਾਉਂਦੀ ਹੈ ਤਾਂ ਇਹ ਲੱਗਦਾ ਸੱਚਮੁੱਚ ਅਗਰ ਕੁਦਰਤ ਕੁਤੈ ਹੈ ਤੇ ਇਹਨੇ ਪਹਾੜੇ ਤੇ ਉਹ ਸੰਗੀਤ ਕੰਨੇ ਕੁਦਰਤ ਦਾ ਜਿਹੜਾ ਮੇਲ ਹੁੰਦਾ ਤਾਂ ਕਿੰਨਾ ਮਜ਼ਾ ਆਉਂਦਾ। ਪਰ ਤੁਸੀਂ ਖਾਸ ਕਰੀਏ ਇਹ ਬੰਸਰੀ ਚੁਣੀ, ਇਹਦੇ ਪਿੱਛੇ ਕੋਈ ਕਾਰਨ ਬਚਪਨ ਦਿਖੇ ਦਾ? ਮੈਂ ਸਰ ਬਚਪਨ ਤੋਂ ਹੀ ਦੱਸਣਾ, ਮੈਂ ਠੇਠ ਇੱਕ ਗ੍ਰਾਂ ਦਾ ਇਲਾਕੇ ਦਾ, ਚਨੈਣੀ ਕੋਲ ਦੂਰ ਇੱਕ ਜਗ੍ਹਾ ਪਾਰ ਪਾਉਂਦੀ ਹੈ, ਮੰਡਲ ਉਹਦਾ ਨਾਂ ਹੈ ਜੀ। ਅਤੇ ਉੱਥੋਂ ਸਾਡਾ ਬਚਪਨ ਮੇਰੇ ਜੀ 'ਤੇ ਪੈਦਾਇਸ਼ ਜਿਹੜੀ ਹੈ ਚਨੈਣੀ 'ਚ ਹੋਈ ਹੈ ਜੀ। ਬਟ ਉੱਥੇ ਸਾਡੀ ਜ਼ਮੀਨ ਹੀ ਅਤੇ ਸਾਡੇ ਮਾਤਾ ਜੀ ਪਿਤਾ ਜੀ ਜਿਲ੍ਹੇ ਉੱਥੇ ਜਾਂਦੇ ਸੀ, ਰੂਣੀ ਛੂਣੀ ਆਪਣੇ ਚੋਲ ਛੋਲ ਲਾਣੇ ਜਾਂਦੇ ਸੀ, ਉਹਦੇ ਕੰਨੇ ਨਿੱਕੇ ਹੁੰਦੇ ਜਾਂਦੇ ਸੀ ਉੱਥੇ ਬੁੰਦੇ, ਅਤੇ ਉੱਥੇ ਕੋਈ ਨਾ ਕੋਈ ਬੰਦਾ ਬੰਸਰੀ ਵਜਾ ਹੁੰਦਾ ਹੈ ਆਪਣੇ ਪਹਾੜੀ, ਉਹ ਸਿੰਫਨੀ ਟਾਈਪ ਜਿਹੜੇ ਭਾਖਾਂ ਗਾਉਂਦੇ ਸੀ ਉਹ ਦਿਮਾਗ 'ਚ ਬੁੰਦੀਆਂ, ਉਹ ਅੱਜ ਤੱਕ ਮੈਨੂੰ ਚੇਤਾ ਹੈ। ਉਸ ਵੇਲੇ ਮੇਰੀ ਉਮਰ ਵੀ ਕੋਈ 5 ਸਾਲ ਹੋਣੀ, 5 ਐਨੀ ਜੇ। ਫਿਰ ਮੈਂ ਦੂਸਰੀ ਕੀਤੀ ਆਪਣੇ ਚਨੈਣੀ ਦਾ ਕਰੀਏ, ਫਿਰ ਅਸੀਂ ਜੰਮੂ 'ਚ ਆਈਏ, ਜੰਮੂ 'ਚ ਆਈਏ ਫਿਰ ਇਸ 'ਤੇ ਮੇਰੇ ਵੱਡੇ ਬ੍ਰਦਰ ਹੈ ਉਹ ਸੈਨਿਕ ਸਕੂਲ ਕਪੂਰਥਲੇ ਪਾਵੜਿਆ, ਉਹਨੇ ਘਰ ਵਾਲੇ ਮਿਗੀ ਪਾੜਿਆ ਨਗਰੋਟੇ ਸੈਨਿਕ ਸਕੂਲ, ਫਿਰ ਮੇਰੀ ਮਾਂ ਨੇ ਕਢਾਈ ਲਿਆ ਨਹੀਂ ਪੁੱਤਰ ਦੋਨੋਂ ਬੱਚੇ ਬਾਹਰ ਚੱਲੀਏ ਅਤੇ ਤੁਸੀਂ ਮੇਰੇ ਇੱਥੇ ਗਏ ਰਹੋ। ਫਿਰ ਮੇਰੀ ਪੜ੍ਹਾਈ ਇੱਥੇ ਜੰਮੂ 'ਚ ਹੋਈ ਅਤੇ ਪੜ੍ਹਾਈ ਕਰਦੇ ਕਰਦੇ ਮੈਂ ਕਿਹਾ ਕਿ ਬੰਸਰੀ ਮੈਂ ਨਿੱਕੇ ਹੁੰਦੇ ਗਏ, ਮੇਰੀ ਮਾਤਾ ਨੇ ਵੀ ਸੁਧ ਮਹਾਦੇਵ ਦੇ ਮੇਲੇ 'ਚ ਬੰਸਰੀ ਲਈ ਦਿੱਤੀ, ਬੜੀ ਨਿੱਕੀ ਬੰਸਰੀ ਚਵਾਨੀ ਦੀ ਬੰਸਰੀ ਲੈਤੀ ਅਤੇ ਮੈਂ ਤਰੈ ਉਂਗਲੇ ਕੰਨੇ ਬੰਸਰੀ 'ਚ ਵਜਾਉਣਾ। ਉਸ ਵੇਲੇ ਮੈਂ ਕੋਈ ਗਾਣਾ ਕੱਢਣਾ ਜਾਂ ਭਲਾ ਸਪਾਈ ਹੋਈ ਆ ਜਾਂ ਇੱਕ ਦਿਨ ਵਿਕ ਜਾਏਗਾ ਤਾਂ ਉਹ ਤਰੈ ਉਂਗਲੀ ਕੰਨੇ, ਦੁਨੀਆਂ ਤਰੈ ਨਹੀਂ ਲੱਗਦੀਆਂ। ਫਿਰ ਜਿਹੜੇ ਜੰਮੂ ਪੁੱਜੀਏ ਫਿਰ ਆਸਤਾ ਆਸਤਾ ਥੋੜ੍ਹਾ ਵਜਾਉਣਾ ਸ਼ੁਰੂ ਕੀਤਾ। ਸਕੂਲ ਦੇ ਵਿੱਚ ਵੀ ਬੜਾ ਇੱਕ ਮਿਲੀ ਆ ਐਡਵਰਟਾਈਜ ਕਿ ਉੱਥੇ ਮੇਰੇ ਸਾਡੇ ਜਿਹੜੇ ਮਿਊਜ਼ਿਕ ਟੀਚਰ ਹੈ ਤਾਂ ਉਹਨੇ ਬੜਾ ਇੰਟਰਸਟ ਲਿਆ ਮੇਰੇ ਕੰਨੇ। ਫਿਰ ਮੈਂ ਉੱਥੇ ਬੰਸਰੀ ਬੁੰਸਰੀ ਵਜਾਉਂਦਾ ਰਿਹਾ ਵੀ ਰਾਜ ਸਕੂਲ ਪੁੱਜੀਏ, ਫਿਰ ਗਰੁੱਪ ਦੇ ਅਸ ਉਹ ਕਮਾਂਡਰ ਬਣੀ ਹੈ, ਸੋਟੀ ਘਮਕਾਣੀ ਇਹ ਉਹ, ਤਾਂ ਉਹ ਸ਼ੁਰੂ ਦਾ ਕਹਿੰਦਾ ਲਾਈਕ ਚਲੀ ਆ। ਆਖਦੇ ਜਿਹਦੇ ਅੰਦਰ ਲਾਲਸਾ ਹੋਇਆ ਕੁਛ ਕਰਨੇ ਦੀ ਜਾਂ ਕੁਛ ਸਿੱਖਣੇ ਦੀ, ਉਹਦਾ ਸਾਥ ਵੀ ਬੜੇ ਜੁੜੀਂਦਾ। ਜਿਵੇਂ ਤੁਸੀਂ ਆਖਿਆ ਕਰਦੇ ਵੀ ਜੇ ਸਕੂਲ ਦੇ ਵਿੱਚ ਇਹ ਤੁਹਾਨੂੰ ਟੀਚਰ ਐਸੇ ਮਿਲੀਏ ਮਿਊਜ਼ਿਕ ਟੀਚਰ ਜਿਹੜੇ ਉਹਨੇ ਅੱਛੀ ਦੀਕਸ਼ਾ ਦਿੱਤੀ ਤੁਹਾਨੂੰ ਸੰਗੀਤ ਦੇ ਬਾਰੇ 'ਚ ਵੀ, ਬੰਸਰੀ ਦੇ ਬਾਰੇ 'ਚ ਵੀ। ਬੰਸਰੀ ਦੇ ਇਲਾਵਾ ਹੋਰ ਕਿਹੜਾ ਕਿਹੜਾ ਵਾਦਯ ਯੰਤਰ ਜਿਹੜਾ? ਸਰ 10ਵੀਂ ਦੇ ਬਾਅਦ ਮੈਂ ਸ਼ੁਰੂ ਕੀਤਾ ਹਾਂ ਵੀ ਗਿਟਾਰ, ਪਰ ਮੈਂ ਗਿਟਾਰ ਦਾ ਨਾਮ ਨਹੀਂ ਪਤਾ, ਮੈਂ ਕਿਸੇ ਅੰਗਰੇਜ਼ ਕੀ ਦੇਖਿਆ ਉਹਨੇ ਗਿਟਾਰ ਮੁੰਡੇ ਪਾਏ ਸੀ ਅਤੇ ਮੈਂ ਕਿਹਾ ਯਾਰ ਇਹ ਕੋਈ ਇੰਸਟਰੂਮੈਂਟ ਹੈ ਕੋਈ ਬਜਾ ਦਾ, ਅਤੇ ਉਹ ਅਸੀਂ ਜਾਂਦੇ ਦੇਖਿਆ, ਮੈਂ ਉਹਦਾ ਅਸੀਂ ਫੋਲੋ ਕੀਤਾ, ਉਹ ਕਿਸੇ ਹੋਟਲ ਦੇ ਅੰਦਰ ਚੱਲੀ ਗਿਆ, ਮੈਂ ਉਹਦੇ ਕੋਲ ਗਿਆ ਪੁੱਛਿਆ ਅਤੇ ਮੈਂ ਅਸੀਂ ਇੰਨਾ ਕਿ ਅੰਗਰੇਜ਼ੀ ਤਾਂ ਆਉਂਦੀ ਨਹੀਂ ਇੰਨੀ ਉਸ ਵੇਲੇ, ਅਤੇ ਮੈਂ ਅਸੀਂ ਇੰਨਾ ਇਸ਼ਾਰੇ ਜਗ੍ਹਾ ਪੁੱਛਿਆ ਅਤੇ ਉਸਨੇ ਵੀ ਗਿਟਾਰ ਕੱਢੀ ਮੇਰੇ ਕੋਲ ਦਿੱਤੀ ਅਤੇ ਮੈਂ ਇੰਨਾ ਫੜੀਆ ਲਗਾ ਦੇਖਣ ਅਸੀਂ ਇੰਨਾ ਕਰੀਏ, ਅਤੇ ਮੇਰੇ ਕੋਲ ਥੋੜ੍ਹਾ ਥੋੜ੍ਹਾ ਸੁਰ ਨਿਕਲਣਾ ਸ਼ੁਰੂ ਹੋਈ ਹੈ, ਤਾਂ ਉਹਨੇ ਵੀ ਪੁੱਛਿਆ ਕਿ ਵਜਾਉਂਦੇ ਹੋ, ਮੈਂ ਕਿਹਾ ਵਜਾਉਂਦਾ ਨਹੀਂ ਹੈ। ਫਿਰ ਉਹਨੇ ਥੋੜ੍ਹਾ ਜਿਹਾ ਵਜਾਈਏ ਦੱਸਿਆ ਵੀ, ਫਿਰ ਉਹ ਚੱਲੀ ਗਿਆ ਸ਼੍ਰੀਨਗਰ। ਮੈਂ ਪਿੱਛੋਂ ਫਿਰ ਲਗਾ ਜੋੜ ਤੋੜ ਲਾਈਏ ਗਿਟਾਰ ਦਾ ਜੁਗਾੜ ਕਰਨ ਗਿਆ, ਕਿਸੇ ਕੋਲੋਂ ਗਿਟਾਰ ਮਿਲੀ ਬੜੀ ਹਾਰਡ ਗਿਟਾਰ, ਉਹ ਵਜਾਉਣਾ ਸ਼ੁਰੂ ਕੀਤੀ। ਫਿਰ ਮੈਂ ਸਿੱਖਣਾ ਸ਼ੁਰੂ ਕੀਤਾ,
ਫਿਰ ਕੱਚੀ ਛਾਉਣੀ ਇਹ ਸਾਡੇ ਸਰਸਵਤੀ ਸੰਗੀਤ ਵਿਦਿਆਲਿਆ ਹੈ ਉੱਥੇ, ਉਹਦੇ ਕੋਲ ਗਿਆ ਮੈਂ ਇੱਕ ਮਹੀਨਾ ਉਹਦੇ ਕੋਲ ਸਿੱਖਿਆ। ਫਿਰ ਉਹਦੇ ਬਾਅਦ ਫਿਰ ਗਿਟਾਰ ਫਿਰ ਆਇਆ ਹੀ ਨਹੀਂ। ਫਿਰ ਮੈਂ ਨੌਕਰੀ ਕੀਤੀ ਇੱਥੇ ਕੋਈ ਇੱਕ ਡਿਪਾਰਟਮੈਂਟ ਆ ਯੂਨੀਵਰਸਿਟੀ ਦਾ, ਵੀ ਕਿਸੇ ਨੇ ਆਖਿਆ ਕਿ ਤੁਸੀਂ ਨੌਕਰੀ ਨਿਕਲਦੀ ਹੈ ਅਤੇ 2-3 ਮਹੀਨੇ ਦੇ ਲੀਵ ਚਾਂਸ ਉੱਪਰ ਲੱਗੇ, ਮੈਂ ਉੱਥੇ ਲੱਗੀ ਆ। ਅਤੇ ਉੱਥੋਂ ਦਾ ਫਿਰ ਮੀਂਹ ਪੈਸੇ ਥੋਏ ਕੋਈ 600-650 ਰੁਪਇਆ ਥੋਇਆ ਕੋਈ 2.5 ਮਹੀਨੇ ਦਾ। ਮੈਂ ਸਾਰੇ ਕੋਲ ਪਹਿਲਾਂ ਗਿਟਾਰ ਲਿੱਤੀ, ਇਲੈਕਟ੍ਰਿਕ ਗਿਟਾਰ ਲਿੱਤੀ, ਫਿਰ ਉਹ ਬਜਾਉਂਦੇ ਰਹੇ ਕਰਦੇ ਕਰਦੇ ਕਰਦੇ, ਫਿਰ ਨਿਕਲੀ। ਫਿਰ ਜ਼ਿਆਦਾ ਫੋਕਸ ਮੇਰਾ ਗਿਟਾਰ ਉੱਪਰ ਹੋਈ ਆ ਅਤੇ ਬੰਸਰੀ ਮੇਰੀ ਪਿੱਛੇ ਰਹੀ। ਲੇਕਿਨ ਬੰਸਰੀ ਫਿਰ ਵੀ ਮੈਂ ਸਾਰੇ ਇੱਥੇ ਪੰਡਿਤ ਓਮਕਾਰ ਨਾਥ ਰੈਣਾ ਜੀ ਹੈ ਤ੍ਰਿਕੁਟਾ ਨਗਰ, ਮੈਂ ਉਹਦੇ ਕੋਲ ਵਿੱਚ ਵਿੱਚ ਜਾਂਦਾ। ਉਹਨੇ ਮੇਰੀ ਵੱਡੀ ਬੰਸਰੀ, ਮੈਨੂੰ ਆਖਿਆ ਬੇਟਾ ਬਾਂਸਰੀ ਮੈਂ ਆਪਕਾ ਹਾਥ ਬੜਾ ਅੱਛਾ ਹੈ ਤੋ ਆਪ ਇਸਕੋ ਬਜਾਓ। ਮੈਂ ਠੀਕ ਹੈ ਸਰ, ਮੈਂ ਉਹਦੇ ਕੋਲ ਜਾਂਦਾ ਰਿਹਾ ਥੋੜ੍ਹੀ ਦੇਰ, ਗਿਆ ਉਹਦੇ ਕੋਲ, ਉਹਨੇ ਵੀ ਥੋੜ੍ਹੀ ਗਾਈਡਲਾਈਨ ਦਿੱਤੀ, ਥੋੜ੍ਹਾ ਕਲਾਸੀਕਲ ਰਾਗ ਸ਼ਾਗ ਸਿਖਾਏ। ਫਿਰ ਉਹਨੇ ਵੀ ਮੈਂ ਆਫਟਰ ਗ੍ਰੈਜੂਏਸ਼ਨ ਮੈਂ ਦਿੱਲੀ ਚਲੀ ਆ। ਦਿੱਲੀ ਸਰ ਮੈਂ ਉੱਥੇ ਜਾਈਏ ਤਾਂ ਉੱਥੇ ਉਹਦੇ ਕੋਲ ਉਹਨੇ ਵੀ ਰੈਫਰੈਂਸ ਦਿੱਤਾ ਪੰਡਿਤ ਅਮਰਨਾਥ ਜੀ ਹੈ, ਉਹ ਉਸ ਵੇਲੇ ਜੰਮੂ 'ਚ ਵੀ ਰਹੀ ਗਏ, ਇਸ ਵੇਲੇ ਵੀ ਬੜੇ ਬੜੇ ਅੱਛੇ ਆਰਟਿਸਟ ਨੇ। ਉਹਦਾ ਬੇਟਾ ਜਿਹੜਾ ਉਹ ਪਾਰਸ ਨਾਥ, ਉਹ ਬੜਾ ਫਿਲਮ ਇੰਡਸਟਰੀ 'ਚ ਇੱਕ ਬੜਾ ਮੰਨੇ ਦਾ, ਜਿਹਨੇ ਬੜੇ ਅੱਛੇ ਗਾਣੇ ਬਾਂਸਰੀ 'ਚ ਵਜਾਏ ਦੇ, ਉਹ ਬੜਾ ਨਿੱਕਾ ਹੁੰਦਾ ਉਸ ਵੇਲੇ। ਮੈਂ ਉਸੀ ਲਈਏ ਪਾਰਕ 'ਚ ਖਿਲਾਉਂਦੇ ਹੁੰਦਾ, ਉੱਥੇ ਸਰੋਜਨੀ ਨਗਰ ਜਾਂਦਾ ਹੁੰਦਾ, ਮੈਂ ਤਾਂ ਐਤਵਾਰ ਉਹਦੇ ਫਾਦਰ ਨੇ ਉਹਦਾ ਹੱਥ ਲਵਾਉਣਾ ਮੀ ਅਤੇ ਇਹਨਾਂ ਕੋਲ ਘੁੰਮਾ ਕੇ ਲਾਓ। ਫਿਰ ਉੱਥੇ ਸਿੱਖਣ ਜਾਂਦਾ ਹੁੰਦਾ ਹਾਂ। ਫਿਰ ਉੱਥੇ ਮੈਂ ਇੱਕ ਉਮਾ ਸ਼ਰਮਾ ਮੈਡਮ ਸੀ, ਉਹ ਕਥਕ ਡਾਂਸਰ ਹੀ ਹਾਂ, ਫਿਰ ਮੈਂ ਉੱਥੇ ਨੌਕਰੀ ਕੀਤੀ। ਫਿਰ ਅਨਫੋਰਚੁਨੇਟਲੀ ਮੇਰੇ ਬ੍ਰਦਰ ਵੀ ਉੱਥੇ ਹੈ ਅਤੇ ਉਹ ਥੋੜ੍ਹੇ ਉਹਦੀ ਸਿਹਤ ਖਰਾਬ ਹੋਈ ਅਤੇ ਉਹ ਐਕਸਪਾਇਰ ਹੋਈ ਉੱਥੇ ਗਏ। ਫਿਰ ਮੈਂ ਵਾਪਸ ਆਉਣਾ ਪਿਆ ਕਿਉਂਕਿ ਮੇਰੇ ਪੇਰੈਂਟਸ ਇੱਥੇ, ਸਿਸਟਰਸ ਦੀ ਮੈਰਿਜ ਹੋਈ ਗਈ ਸੀ ਅਤੇ ਪੇਰੈਂਟਸ ਦੀ ਲੁੱਕ ਆਫਟਰ ਕਰਨੀ ਸੀ, ਅਤੇ ਉਹ ਮੇਰੇ ਕੋਲ ਹੋਰ ਕੋਈ ਆਲਟਰਨੇਟਿਵ ਹੈ ਕਿਉਂਕਿ ਉਸ ਵੇਲੇ ਗਿਟਾਰਿਸਟ ਇੱਕ ਲੋਕ ਵੀ ਆਖਦੇ ਕਿ ਹੀ ਇਜ਼ ਦਾ ਓਨਲੀ ਗਿਟਾਰਿਸਟ ਇਨ ਜੰਮੂ, ਉਹ ਐਸਾ ਨਹੀਂ ਹੈ, ਹੋਰ ਵੀ ਇਹ 2-3 ਬੰਦੇ ਆ ਇਹ। ਫਿਰ ਮੈਂ ਮਿਹਨਤ ਕੀਤੀ, ਸ਼ੁਰੂ ਕੀਤਾ ਗਿਟਾਰ ਕੋਲ ਸ਼ੁਰੂ ਕੀਤਾ। ਮੈਂ 37 ਈਅਰਸ ਗਿਟਾਰ ਸਿਖਾਉਂਦਾ ਰਿਹਾ ਉੱਥੇ। ਮੈਂ ਵਿੱਚਾ ਫਿਰ ਮੈਂ ਨਿਕਲੀ ਆ, ਕਦੇ ਬੰਬੇ ਚਲੀ ਆ, ਕਦੇ ਗੁੱਦੇ ਚਲੀ ਆ, ਫਿਲਮ ਇੰਡਸਟਰੀ 'ਚ ਚਲੀ ਆ, ਉੱਥੇ ਵੀ ਹੱਥ ਪੈਰ ਬੜੇ ਮਾਰੇ। ਅਲਟੀਮੇਟਲੀ ਫਿਰ ਮੈਂ ਆਉਣਾ ਪਿਆ ਵਾਪਸ ਜੰਮੂ, ਤਾਂ ਮੈਂ ਇਸੀ ਗਾ ਕੰਟੀਨਿਊ ਕੀਤਾ। ਹੁਣ ਮੈਂ ਪਿੱਛੇ ਕੋਈ 1.5-2 ਸਾਲ ਪਹਿਲੇ ਮੇਰਾ ਐਕਸੀਡੈਂਟ ਹੋਇਆ ਅਤੇ ਮੇਰਾ ਹੈਡ ਇੰਜਰੀ ਹੋਈ ਸੀ, ਉਹਦੇ ਕਾਰਨ ਮੇਰਾ ਛੁੱਟੀ ਆ। ਮੇਰਾ ਇਹ ਅੰਗੂਠਾ ਜਿਹੜਾ ਇਹ ਕੰਮ ਰਿਹਾ ਕਰਦਾ, ਨਾ ਮੈਂ ਬੰਸਰੀ ਪਕੜ ਸਕਦਾ ਹਾਂ ਅਤੇ ਨਾ ਮੈਂ ਗਿਟਾਰ। ਬੰਸਰੀ ਜਿਹੀਆਂ ਫੰਡੀ ਅਤੇ ਬੰਸਰੀ ਸਲਿਪ ਹੋ ਜਾਣੀ, ਗਿਟਾਰ ਦੀ ਪਿੱਛੋਂ ਗ੍ਰਿਪ ਦੇ ਅੰਗੂਠੇ ਕੰਨੇ ਬੰਦੀ ਅਤੇ ਉਹ ਵੀ ਹੋਈ ਨਹੀਂ। ਮੈਂ ਬੜਾ ਇਹ ਸੋਚਿਆ, ਮੈਂ ਯਾਰ ਹੁਣ ਕੀ ਮੇਰਾ ਹੈਗਾ ਜੀਵਨ ਸੰਗੀਤ ਗਿਆ ਹੀ ਆ ਸਾਰਾ ਮੇਰਾ। ਪਰ ਆਸਤਾ ਆਸਤਾ ਮੈਂ ਪ੍ਰੈਕਟਿਸ ਕਰਦਾ ਰਿਹਾ। ਫਿਰ ਉਹ ਆਖ ਰਿਹਾ ਵੇਅਰ ਦੇਅਰ ਇਜ਼ ਵਿਲ ਦੇਅਰ ਇਜ਼ ਵੇ। ਬਿਲਕੁਲ, ਇੱਕ ਹੁਣ ਇੱਕ ਗੱਲਬਾਤ 'ਤੇ ਚਲਾ ਦੀ ਹੈ ਜੀ ਜੀ, ਖਾਸ ਕਰੀਏ ਜਿਹੜੇ ਬੰਸਰੀ ਦੀ ਤਾਣ ਇੰਨਾ ਅਸ ਸੁਣਦੇ ਹਾਂ ਅਤੇ ਸਾਡਾ ਇਹ ਮਨ ਜਿਹੜਾ ਰੂਹ ਗਦਗਦ ਹੋ ਜਾਂਦਾ ਜੀ ਜੀ। ਔਰ ਇਹ ਬੰਸਰੀ ਇੱਕ ਐਸਾ ਇੰਸਟਰੂਮੈਂਟ ਹੈ ਜਿਹਦੇ ਕੰਨੇ ਅਧਿਆਤਮਿਕ, ਅਗਰ ਅਸ ਸੋਚਿਆ ਭਗਵਾਨ ਕ੍ਰਿਸ਼ਨ ਜੀ ਦਾ ਵੀ ਇਹਦੇ ਕੰਨੇ ਜੁੜੇ ਦਾ, ਕਿਉਂਕਿ ਉਹਦੇ ਹੋਠੇ 'ਚ ਪਹਿਲੇ ਵੱਜੇ ਜੀ ਬੰਸਰੀ, ਅਤੇ ਕਿਉਂ ਨਹੀਂ ਪਹਿਲੇ ਅਸ ਦਰਸ਼ਕੇ ਧੁਣ, ਉਹ ਵੀ ਆਪਣੀ ਮਾਤਰ ਭਾਸ਼ਾ। ਬਿਲਕੁਲ ਬਿਲਕੁਲ, ਮੈਂ ਤੁਸੀਂ ਸੁਣਾਉਣਾ, ਮੈਂ ਹੁਣ ਇਹ ਵੱਡੀਆਂ ਬੰਸਰੀਆਂ ਆਪਣੇ ਕੋਲ ਰੱਖੀ ਦੀਆਂ, ਫੁੱਲ ਸਾਈਜ਼ ਦੀਆਂ ਜਿਵੇਂ ਵੱਡੀਆਂ ਬੰਸਰੀਆਂ ਘਰ ਪੇ ਦੀਆਂ, ਅਤੇ ਮੈਂ ਤੁਸੀਂ ਇੱਕ ਬੰਸਰੀ ਇਹ ਹੈ, ਇਹ ਬੜੀ ਕੋਈ ਬੜੀ ਪੁਰਾਣੀ ਬੰਸਰੀ ਮੇਰੇ ਕੋਲ ਪੇ ਦੀ। ਇਸ ਬੰਸਰੀ ਦੇ ਰਾਹੀਂ ਮੈਂ ਅਮਰੀਕਾ ਇਹ ਬੰਸਰੀ ਲਈ ਗਿਆ ਅਤੇ ਕਿਸੇ ਨੇ ਮੇਰੀ ਇਹ ਬੰਸਰੀ ਸੁਣੀ ਸੀ, ਅਤੇ ਮੈਨੂੰ ਇੰਨੀ ਨੌਲੇਜ ਨਹੀਂ ਆਈ ਕਿ ਮੈਂ ਹੋਰ ਵੀ ਬੰਸਰੀਆਂ ਲਈ ਜਾਂ। ਮੈਂ ਸੋਚਦਾ ਹਾਂ ਬੰਸਰੀ ਬਿਆਨੀ ਆ ਜੀ ਮਰਜ਼ੀ ਪਿਓ, ਅਤੇ ਮੈਂ ਅਮੈਰੀਕਾ ਗਿਆ ਅਤੇ ਇਸੀ ਬੰਸਰੀ ਮੈਂ ਤਕਰੀਬਨ ਅਮੈਰੀਕਾ ਦੀਆਂ ਸਾਰੀਆਂ ਸਿਟੀ 'ਚ ਇਹ ਵਜਾਇਆ। ਉੱਥੇ ਸਾਡੇ ਡੋਗਰਾ ਫੈਸਟੀਵਲਸ ਹੁੰਦੇ ਅਤੇ ਜੰਮੂ ਦੇ ਜਿੰਨੇ ਲੋਕ ਡੋਗਰੇ ਨਾ ਉਹ ਵੀ ਇਨਵਾਈਟ ਕਰਦੇ, ਉਹ ਬੁਲਾਉਂਦੇ ਉੱਥੇ ਮੈਂ ਕੀ, ਅਤੇ ਮੈਂ ਉੱਥੇ ਜਾਈਏ ਵਜਾਉਂਦਾ ਹਾਂ। ਮੈਂ ਤੁਸੀਂ ਥੋੜ੍ਹਾ ਜਿਹਾ ਪਹਾੜੀ ਤੋਂ ਉੱਥੇ ਚੱਲੀ ਗਿਆ ਪਹਾੜੀ, ਪਹਾੜੀ ਚਲੇ ਉੱਥੇ ਪਹਾੜੀ ਹੀ ਵਜਾਇਆ ਮੈਂ ਉੱਥੇ ਸਰ। ਮੈਂ ਇੱਕ ਛੋਟਾ ਜਿਹਾ ਕਿੱਸਾ ਵੀ ਸੁਣਾਂਗਾ ਵਜਾਉਣ ਦੇ ਬਾਅਦ ਤੁਸੀਂ। ਬਿਲਕੁਲ,
ਰਮੇਸ਼ ਜੀ, ਬੜਾ ਸੋਹਣਾ ਜਿਸ ਗੀਤ ਦੇ ਉੱਪਰ ਤੁਸੀਂ ਧੁਨ ਵਜਾਈ ਹੈ ਉਹ ਮੇਰਾ ਬੜਾ ਫੇਵਰੇਟ ਗੀਤ ਹੈ, ਔਰ ਮੈਂ ਚਾਹਾਂਗਾ ਦੋ ਬੋਲ ਤੋਂ ਸਕਰ ਵੋਕਲ ਵੀ ਉਹਦੇ ਸੁਣਾਓ। ਮੈਂ ਇੰਨਾ ਮੇਰਾ ਡੋਗਰੀ ਦੇ ਉੱਪਰ ਜ਼ਿਆਦਾ ਕਮਾਂਡ ਨਹੀਂ ਹੈ ਜਿੰਨੀ ਮੇਰੀ ਬੰਸਰੀ ਦੇ ਉੱਪਰ ਹੈ, ਮੈਂ ਫਿਰ ਵੀ ਕੋਸ਼ਿਸ਼ ਕਰਨਾ ਕੋਈ ਗਾਣਾ ਚ ਆਈ ਜਾਂਦਾ ਸਾਨੂੰ ਸੁਣਨ ਦਾ, ਕਿਉਂਕਿ ਮੇਰਾ ਫੇਵਰੇਟ ਹੈ ਤਾਂ ਮੈਂ ਚਾਹੁੰਦਾ ਕੋਈ ਕਲਾਕਾਰ ਹੋ ਗਾ। ਹਾਂਜੀ ਹਾਂਜੀ, ਨਹੀਂ ਉਹਦੇ ਪਰ ਹੋਰ ਮਜ਼ਾ ਆਊਗਾ ਤਾਂ ਮੇਰੇ ਦਰਸ਼ਕ ਕਹਿੰਗੇ ਵੀ। ਮੈਂ ਕੋਈ ਹੋਰ ਸੁਣਾਇਆ ਉਹਨਾਂ ਤੋਂ ਨਹੀਂ ਹੈ, ਹੋਰ ਸੁਣਾਓ। ਮੇਰਾ ਬੜਾ ਫੇਵਰੇਟ ਗਾਣਾ ਹੈ ਪ੍ਰਦੁਮਨ ਸਿੰਘ ਹੁੰਦਾ, ਬਿਲਕੁਲ। ਇਹ ਮੈਂ ਉੱਥੇ ਜਿਹੜੇ ਅਮੈਰੀਕਾ 'ਚ ਗਿਆ ਉੱਥੇ ਵਜਾਣਿਆ ਸੀ, ਅਤੇ ਮੈਂ ਜਿਹੜੇ ਸਟੇਜ ਦੇ ਉੱਪਰ ਵਜਾ ਦਾ ਹਾਂ ਅਤੇ ਮੇਰੇ ਕੋਲ ਇੱਕ ਅੰਗਰੇਜ਼ ਆਇਆ ਗੋਰਾ ਜਿਹਾ ਬੜਾ, ਅਤੇ ਮੈਂ ਡੋਗਰੀ 'ਚ ਗਿਆ ਵਜਾ ਦਾ ਉੱਥੇ, ਅਤੇ ਉਹ ਮੇਰੇ ਕੋਲ ਪਿੱਛੇ ਆਈਏ ਬਹੀਏ ਅਤੇ ਹੱਥ ਲਾਇਆ ਨਹੀਂ ਆਹਦਾ ਬੱਚੂ, ਮੈਂ ਕਿ ਦੁੱਧ ਪੀਂਦੀ ਕੁੜੀ ਅਤੇ ਮਲਾਈ ਖਾਂਦਾ ਮੁੜਾ, ਮੈਂ ਉਸੀ ਦੇਖਿਆ ਜੀ ਇਹ ਮੁੜੀ ਹੈ, ਅਤੇ ਕੰਨੇ ਮੈਂ ਬਜਾ ਲਾ, ਮੈਂ ਉਸ ਇਹ ਦੇਖਿਆ, ਮੈਂ ਕਿਹਾ ਯਾਰ ਇਹ ਅੰਗਰੇਜ਼ ਹੈ ਕੋਈ, ਇਹ ਕਿਵੇਂ ਬੋਲਦਾ ਗੱਲਬਾਤ ਕਰਦਾ, ਅਤੇ ਮੈਂ ਉਸ ਆਖਿਆ ਵੀ ਪੂਰਾ ਨਹੀਂ ਆਉਂਦਾ ਹੋਇਆ ਸੀ ਵਿੱਚ ਬ੍ਰੇਕ ਦਈਏ, ਆਖਦਾ ਮੈਂ ਪਿੱਛੋਂ ਗਾਣਾ ਅਤੇ ਅੱਗੇ ਤੁਸੀਂ ਗਾਓ, ਫਿਰ ਮੈਂ ਉਹ ਗਾਣਾ ਗਾਇਆ, ਉਹ ਗਾਣਾ ਹੈ ਦੁੱਧ ਪੀਂਦੀ ਕੁੜੀ ਮਲਾਈ ਖਾਂਦਾ ਮੁੜਾ, ਦੁੱਧ ਪੀਂਦੀ ਕੁੜੀ ਮਲਾਈ ਖਾਂਦਾ ਮੁੜਾ, ਤੇ ਦੁੱਧ ਦੀ ਕਰੇੜ ਮਾੜਾ ਬਿੱਲਾ, ਤੇ ਮੇਰਾ ਦਿਲ ਸੜੀ ਹੋ ਗਿਆ, ਦੁੱਧ ਦੀ ਕਰੇੜ ਮਾੜਾ ਬਿੱਲਾ, ਤੇ ਮੇਰਾ ਦਿਲ ਸੜੀ ਹੋ ਗਿਆ, ਮਿਆਉਂ ਮਿਆਉਂ ਕਰੇ ਮੇਰਾ ਬਿੱਲਾ, ਤੇ ਮੇਰਾ ਦਿਲ ਸੜੀ ਹੋ ਗਿਆ। ਬਸ ਇੰਨਾ ਵੋਕਲ ਮੇਰਾ ਹੈ, ਬੜਾ ਅੱਛਾ ਮਜ਼ਾ ਆਉਂਦਾ, ਬੋਲ ਗਏ ਐਸੇ ਹੁੰਦੇ ਨੇ ਕਿ ਜਿਹੜਾ ਸੁਣੋ ਤੇ ਮਨਾ ਗਈ, ਜੇ ਤਰਨਮ ਜੇ ਜਾਗ ਦੇਣਾ ਉਹ ਜਾਗੀ ਨਾ, ਜਿਹੜਾ ਆਪਣੀ ਮਾਤਰ ਭਾਸ਼ਾ ਚ ਕੋਈ ਕਲਾਕਾਰ। ਫਿਰ ਸਰ ਤੁਹਾਡੀ ਗੱਲ ਟਕਾਉਂਦੀ ਹੈ, ਮੈਂ ਉਸੀ ਮਿਲਿਆ, ਫਿਰ ਮੇਰੇ ਮਨ ਦੀ ਕਰਿਓਸਿਟੀ ਹੋਈ, ਮੈਂ ਯਾਰ ਮੈਂ ਸ਼ਿਕਾਗੋ 'ਚ ਐਂ ਬੈਠਦਾ, ਇੱਕ ਬੰਦਾ ਮੇਰੇ ਕੋਲ ਆਈਏ ਅਤੇ ਡੋਗਰੀ ਬੋਲਿਆ ਲੱਭਾ ਲੰਗਰੇਜ਼ ਹੈ, ਉਹ ਜਿਹਨੇ ਆਰਗਨਾਈਜ਼ ਕੀਤਾ, ਮੈਂ ਆਖਿਆ ਮੈਂ ਸਾਰੀ ਇੱਕ ਇੱਕ ਬੰਦਾ ਆਇਆ ਹੈ, ਮੈਂ ਉਸੀ ਮਿਲਣਾ ਚੱਲਣਾ, ਮੈਂ ਉਹ ਮੇਰਾ ਦਿਲ ਜਿੱਤੀ ਲਈ ਜਾਓ, ਆਖਿਆ ਲੱਭੀ ਜਾਣਾ ਕੋਤੇ, ਮੈਂ ਗਿਆ ਇੱਕ ਜਗ੍ਹਾ ਉੱਥੇ ਬੈਠੇ ਹਾਂ, ਮੈਂ ਤਾਂ ਗਿਆ ਅਤੇ ਪੈਰੇ ਹੱਥ ਲਾਇਆ, ਅਤੇ ਮੈਂ ਉਸੀ ਅੰਗਰੇਜ਼ੀ 'ਚ ਲਗਾ ਬੋਲਣ ਤੋਂ ਅੱਗੇ ਡੋਗਰੀ, ਐਂ ਬੱਚੂ ਕੇ ਨਾਂ ਤੇਰਾ, ਮੈਂ ਉਸੀ ਆਖਿਆ ਜੀ ਮੇਰਾ ਨਾਂ ਨਰੇਸ਼ ਹੈ, ਘਰ ਕੋਥੇ ਨੇ, ਮੈਂ ਜੰਮੂ ਜੀ, ਉਹ ਬੜਾ ਜਿਹਾ ਅਜੀਬ ਲੱਗਿਆ ਅਮਰੀਕਾ 'ਚ ਪੁੱਛੋ ਬੰਦਾ ਡੋਗਰੀ 'ਚ ਗੱਲ ਕਰਦਾ, ਫਿਰ ਮੈਂ ਉਸੀ ਪੁੱਛਿਆ ਮੈਂ ਤੁਸੀਂ ਕੁੱਥੇ ਰੋਣੇ ਵਾਲਿਆ ਹੈ, ਜਿਵੇਂ ਫਤੂ ਜਗਾਉਣ ਦਾ ਰੋਣੇ ਵਾਲਾ, ਮੈਂ ਤੁਸੀਂ ਇੱਥੇ ਕਿਵੇਂ ਆਇਆ ਹੈ, ਮੇਰਾ ਬੇਟਾ ਵੀ ਲਈ ਆਇਆ ਹੈ, ਮੇਰੀ ਵਾਈਫ ਦੀ ਡੈਥ ਹੋਈ ਹੈ, ਅਤੇ ਮੈਨੂੰ 20-22 ਸਾਲ ਹੋਈ ਹੈ ਹੁਣ ਇੱਥੇ ਗਿਆ, ਅਤੇ ਮੈਨੂੰ ਬੜਾ ਚੇਤਾ ਆਉਂਦਾ ਜੰਮੂ, ਅਤੇ ਤੂੰ ਵੀ ਅੱਜ ਮੈਨੂੰ ਇੰਨਾ ਰਿਫਰੈਸ਼ ਕਰ ਉੜਿਆ ਸੁਣੀ ਹੈ, ਅਤੇ ਮੇਰਾ ਬੜਾ ਮਨ ਕੀਤਾ ਮੈਂ ਤੁਸੀਂ ਡਿਸਟਰਬ ਕੀਤਾ ਸਟੇਜ ਉੱਪਰ ਆਈਏ, ਲੇਕਿਨ ਉਹ ਸਰ ਉਹ ਜਿਹੜੀ ਉਹ ਫੀਲਿੰਗਸ ਹੁੰਦੀਆਂ ਜਿਹੜਾ ਆਪਣਾ ਡੋਗਰੀ ਦਾ ਜਿਹੜਾ ਆਪਣਾ ਉਹ ਹੈ। ਬਸ ਮੇਰਾ ਸਵਾਲ ਵੀ ਹੁਣ ਇਹ ਹੈ ਸਭਾਥੀ ਜ਼ਿਆਦਾ ਕਿ ਆਪਣੀ ਜਿੱਥੇ ਆਖਦੇ ਵੀ ਜਨਮ ਤਾਰੀਣੀ ਭੂਮੀ ਜਿੱਥੇ ਜਨਮ ਲੈਦਾ ਹੋਇਆ ਜੀ ਜੀ ਜੀ, ਉੱਥੇ ਜਿੰਨਾ ਮਰਜ਼ੀ ਕੋਸ਼ਿਸ਼ ਕਰੋ ਪਰ ਕਈ ਲੋਕ ਲੱਤਾਂ ਖਿੱਚ ਲੈਂਦੇ, ਬਿਲਕੁਲ ਕਲਾਕਾਰ ਦੀਆਂ, ਕਲਾਕਾਰ ਜਿਹੜਾ ਆਪਣੇ ਸਭ 100% ਵੀ ਦਿਆ ਦਾ ਹੋਊਗਾ ਨਾ, ਪਰ ਲੱਤਾਂ ਖਿੱਚਣ ਵਾਲੇ ਬੜੇ ਹੁੰਦੇ, ਪਰ ਜਿਹੜਾ ਆਪਣੇ ਉਸ ਇਲਾਕੇ 'ਚ ਛੱਡੀਏ ਕੁਦਰ ਬਾਹਰ ਜਾਈਏ, ਤੁਸੀਂ ਉਸੇ ਭਾਸ਼ਾ ਦੇ ਵਿੱਚ ਗਾਓ ਜਾਂ ਆਪਣੀ ਉਸ ਕਲਾ ਗੀ ਜਗਾਓ, ਮਤੇ ਸਾਰੇ ਤੇ ਕਿੰਨਾ ਮਹਿਸੂਸ ਜੀਆਂ ਤੁਸੀਂ ਵਿਦੇਸ਼ਾਂ 'ਚ ਵੀ ਮਤੀ ਸਾਰੀ ਕੰਟਰੀ 'ਚ ਤੁਸੀਂ ਗਏ ਹੋ ਔਰ ਜੰਮੂ ਦਾ ਨਾਂ ਰੋਸ਼ਨ ਕੀਤਾ, ਉਲਾ ਕਿੰਨਾ ਸੀਨਾ ਚੌੜਾ ਹੁੰਦਾ ਜਿਹੜਾ ਡੋਗਰੀ ਕੀ ਲੋਕ ਅੰਗਰੇਜ਼ ਲੋਕ ਵੀ ਸੁਣਨ, ਔਰ ਖਾਸ ਕਰੀ ਸਾਡੀ ਬੰਸਰੀ ਦਾ ਜਿਹੜਾ ਸਾਜ਼ ਸੁਣੀਏ ਔਰ ਫਕਰ ਹੁੰਦਾ ਕਿ ਵੀ ਸਾਡੇ ਜਿਵੇਂ ਮੈਂ ਪਹਿਲੇ ਗੱਲ ਕੀਤੀ ਵੀ ਭਗਵਾਨ ਕ੍ਰਿਸ਼ਨ ਕਨੇ ਜੁੜੀ ਬੰਸਰੀ ਹੈ। ਹਾਂਜੀ ਹਾਂਜੀ, ਮੈਂ ਸਭ ਤੁਸੀਂ ਸੁਣਾਉਣਾ, ਜਦੋਂ ਮੈਂ ਜਿਸ ਲਈ ਅਮੈਰੀਕਾ 'ਚ ਗਿਆ ਹੈ ਨਾ, ਮੈਂ ਆਪਣੇ ਕੋਲ ਸੋਚੀਏ ਗਿਆ ਕਿ ਮੈਂ ਇੱਥੋਂ ਦਾ ਕੋਈ ਇੰਗਲਿਸ਼ ਗਾਣੇ ਗਾਗਾ, ਥੋੜ੍ਹੇ ਇੰਡੀਅਨਸ ਲੋਕ ਵੀ ਹੋਣੇ, ਹਿੰਦੀ ਵੀ ਗਾਗਾ ਅਤੇ ਬੰਸਰੀ 'ਤੇ ਮੈਂ ਬਜਾਣੀ ਬਿਆਣੀ, ਅਤੇ ਮੈਂ ਇੱਕ ਇੰਗਲਿਸ਼ ਟਿਊਨਸ ਵੀ ਮੈਂ ਤਿਆਰ ਕੀਤੇ ਹਾਂ, ਇੱਕ ਮੇਰੇ ਕੋਲ ਇੰਗਲਿਸ਼ ਫਲਿਊਡ ਵੀ ਆਈ ਮੇਰੇ ਕੋਲ ਬਟਨ ਫਲਿਊਡ, ਜਿਸਦੇ ਸਰ ਮੈਂ ਉੱਥੇ ਗਿਆ ਜਿਹੜਾ ਬੈਠਾ ਨਾ, ਅਤੇ ਉੱਥੇ ਜਿਹੜੇ ਲੋਕ ਜਿਹੜੇ ਆਏ ਦੇ ਨਾ, ਉਹਨੇ ਸਾਰੇ ਡੋਗਰੀ ਟ੍ਰੈਡੀਸ਼ਨਲ ਡਰੈਸਿਸ ਪਾਏ ਦੀਆਂ, ਸਾਰੇ ਖਾਣਾ ਵੀ ਡੋਗਰੀ ਸਾਰਾ, ਮਤਲਬ ਤੁਸੀਂ ਆਖੋ ਕਿ ਜੰਮੂ ਦਾ ਖਾਣਾ ਜਿਹੜਾ ਡੋਗਰੀ ਨਾ, ਉਹ ਬੱਬਰੂ ਘਿਊਰ
ਮਤਲਬ ਐਸੀਆਂ ਐਸੀਆਂ ਚੀਜ਼ਾਂ ਹੀ ਹਨ ਜਿਹੜੀਆਂ ਕਿ ਉਹਨੇ ਮਤਲਬ ਉੱਥੇ ਰੱਖੀ ਦੀਆਂ। ਅਤੇ ਜਿਹੜਾ ਅਸੀਂ ਬਾਹਰੋਂ ਆਇਆ ਅਤੇ ਸਾਡਾ ਸਵਾਗਤ ਕੀਤਾ ਗਿਆ ਉੱਥੇ, ਤਾਂ ਅਸੀਂ ਬੈਠੇ ਹੋਣੇ ਅਤੇ ਜਿਸਲੇ ਮੇਰੀ ਪਰਫੋਰਮ ਹੈ ਅਤੇ ਮੇਨ ਸਿੰਗ ਮੇਨ ਬੰਦਾ ਮੀ ਹੈਗੇ ਹੁਣ ਇਨਵਾਈਟ ਗਿਆ ਮੀ ਕੀਤਾ ਹੈ, ਅਤੇ ਉਹ ਮੇਰੇ ਕੰਨੇ ਇੱਕ ਲੇਡੀ ਆਏ ਸੀ, ਉਹ ਆਏ ਸੀ ਵਾਸ਼ਿੰਗਟਨ ਤੋਂ, ਬੇਸਿਕਲੀ ਉਹ ਮੱਧ ਪ੍ਰਦੇਸ਼ ਦੀ, ਉਹ ਤਬਲਾ ਵਜਾਉਂਦੀ ਸੀ। ਮੈਂ ਉਹਨੇ ਆਖਿਆ ਵੀ ਇੱਕ ਕੰਨੇ ਤਬਲਾ ਤਬਲਾ ਵਾਲਾ ਚਾਹੀਦਾ ਕੋਈ, ਫਿਰ ਉਹ ਸਪੈਸ਼ਲੀ ਇੱਥੋਂ ਵਾਸ਼ਿੰਗਟਨ ਤੋਂ ਆਈ ਉੱਥੇ, ਅਤੇ ਮੈਂ ਉਹਦੇ ਕੰਨੇ ਵਜਾਇਆ, ਅਤੇ ਉਸੀ ਵੀ ਇਹ ਲੱਗਿਆ ਕਿ ਇਹ ਕੋਈ ਬੜਾ ਵੱਡਾ ਮਹਾਨ ਕਲਾਕਾਰ ਹੈ। ਅਤੇ ਜਿਸ ਹਿਸਾਬ ਕੰਨੇ ਉਹ ਮੀ ਮਿਲਾ ਸੀ ਨਾ, ਮੇਰੇ ਕੰਨੇ ਫੋਟੋ ਖਿਚਾ ਦੀ ਆਈਏ, ਅਤੇ ਉਹਦਾ ਹਸਬੈਂਡ ਖਿਚਾਉਣ ਆਈਏ, ਅਤੇ ਐਨੀ ਆਪ ਤੋਂ ਬਹੁਤ ਬੜੇ। ਮੈਂ ਕਿਹਾ ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਉੱਧਰ ਉੱਧਰ ਆਈ ਹਾਂ, ਮੈਂ ਕਿਹਾ ਮੈਂ ਰੂਟਸ ਉੱਪਰ ਹੈ, ਬੇਸਿਕ ਆਪਣੇ ਜੋ ਵੀ ਹੈ, ਮੈਂ ਇੰਨਾ ਬੜਾ ਮਹਾਨ ਕਲਾਕਾਰ ਨਹੀਂ। ਕਹਿੰਦੇ ਨਹੀਂ, ਇਹੀ ਤੋਂ ਬਾਅਦ ਹੈ ਆਪਣੇ ਜੋ ਆਪ ਬੋਲ ਰਹੇ ਹੋ। ਨਰੇਸ਼ ਜੀ, ਇੱਕ ਵੱਡੀ ਮਤਲਬ ਕਿ ਕਲਾਕਾਰ ਗੀ ਉਲੇ ਆਪਣੇ ਆਪ ਗੀ ਸਕੂਨ ਮਿਲਦਾ ਜਿਹੜਾ ਆਪਣੀ ਕਲਾ ਕੁਛ ਦੂਏ ਹੀ ਆਉਣ ਵਾਲੀ ਪੀੜ੍ਹੀ ਸਿਖਾਈ ਜਾ। ਜੀ ਜੀ ਜੀ, ਕਿੰਨੀ ਕੋਸ਼ਿਸ਼ ਕੀਤੀ ਸਰ ਆਪਣੇ ਇੱਥੇ, ਕਿੰਨੇ ਬੱਚੇ ਹੀ ਤੁਸੀਂ? ਮੈਂ ਸਰ, ਮੈਂ ਤੁਸੀਂ ਮੇਰੇ ਘਰ ਬੜੇ ਫਾਰਮ ਪਏ ਦੇ, ਮੇਰੀ ਇੱਕ ਸ਼ੁਰੂ ਦਾ ਇੱਕ ਇਹ ਚੀਜ਼ ਰਹੀ, ਜਿਹੜਾ ਮੈਂ ਕਾਲਜ 'ਚ ਪੜ੍ਹਦਾ ਹਾਂ ਅਤੇ ਮੈਂ ਸਕੂਲ ਆਪਣਾ ਸ਼ੁਰੂ ਕੀਤਾ ਹਾਂ ਸਕੂਲ ਆਪਣਾ ਦ ਸਟ੍ਰਿੰਗਸ, ਉਦੋਂ ਦਾ ਲਈਏ ਅਤੇ ਅੱਜ ਤੱਕ ਮੇਰੇ ਕੋਲ ਕੋਈ 17,000 ਫਾਰਮ ਪਏ ਦੇ ਨੇ, ਮੈਂ ਇਕੱਠੇ ਕਰੀਏ ਪੂਰੇ ਬੰਨੀ ਬੰਨੀਆਂ ਰੱਖੇ ਦੇ ਸਾਰੇ, ਅਤੇ ਉਹਦੇ ਵਿੱਚ ਮੈਂ ਅੱਜ ਦੀ ਡੇਟ ਦੇ ਵਿੱਚ ਜਿਹੜੇ ਮੈਂ ਕਈ ਵਾਰੀ ਯੂਟਿਊਬ 'ਚ ਜਾਂਦਾ ਜਾਂ ਫੇਸਬੁੱਕ 'ਚ ਇੰਸਟਾ ਜਾਂਦਾ, ਮੇਰੇ ਸਟੂਡੈਂਟ ਵਜਾ ਦੇ, ਬੜੀ ਖੁਸ਼ੀ ਹੁੰਦੀ, ਮਤਲਬ ਉਹ ਸਾਰੇ ਲੱਗੀ, ਮੈਂ ਉਹਨੇ ਕੰਪਲੀਮੈਂਟ ਕਹਿੰਦਾ, ਮੈਂ ਉਹ ਵਿਚਾਰੇ ਬੜੀ ਰਿਸਪੈਕਟ ਕਰਦੇ, ਮਤਲਬ ਬੜੇ ਆਲ ਓਵਰ ਇੰਡੀਆ, ਕਨੇਡਾ ਤੱਕ ਸਾਡੇ ਸਟੂਡੈਂਟ, ਇੰਗਲੈਂਡ ਦੇ ਵਿੱਚ ਚਲੀ ਗਏ, ਡਾਕਟਰਸ ਪ੍ਰੋਫੈਸ਼ਨਲੀ ਜਿਹੜੇ ਮਿਊਜ਼ਿਕ 'ਚ ਪ੍ਰੋਫੈਸ਼ਨਲ ਚਲੀ ਗਏ, ਅਤੇ ਫਿਲਮ ਇੰਡਸਟਰੀ 'ਚ ਵੀ 3-4 ਜਣੇ ਹਨ, 3-4 ਸਾਡੇ ਇੱਥੇ ਆਪਣੇ ਜੰਮੂ ਦੀ ਇੱਕ ਲੜਕੀ ਹੈ, ਉਹਦਾ ਨਾਂ ਹੈ ਕੁਛ ਗੁਪਤਾ ਲੜਕੀ ਹੈ, ਗ੍ਰੀਨ ਬੈਲਟ ਪਾਰਕ ਦੀ, ਉਹਨੇ ਵੀ ਮਤਲਬ ਉਹਨੇ ਏ ਆਰ ਮਾਨ ਕਰਨਾ, ਸਾਡੇ ਜਿਹੜੇ ਅਨੂ ਗੁਪਤਾ ਹੋਰ ਨੇ, ਚਮਨ ਲਾਲ ਗੁਪਤਾ ਹੁੰਦਾ ਗ੍ਰੈਂਡ ਸਨ ਜਿਹੜਾ, ਉਹ ਵੀ ਬੰਬੇ ਵਿੱਚ ਕਰਦਾ, ਮੈਂ ਉਹਦੀ ਐਲਬਮਸ ਦੇਖਣਾ ਹੁੰਦਾ ਨਾ, ਮੈਂ ਬੜੀ ਮਨ 'ਚ ਖੁਸ਼ੀ ਹੁੰਦੀ ਹੈ ਕਿ ਚਲੋ ਬੱਚੇ ਕੁਤਰ, ਦੇਖੋ ਸਰ ਆਪਣੇ ਆਪ ਕਿ ਡਿਵਰਸੀਫਾਈ ਕਰੋ, ਅਗਰ ਤੁਹਾਡੇ ਕੋਲ ਆਰਟ ਹੈ ਨਾ ਤੁਸੀਂ ਸਿਖਾਓ, ਕੁਛ ਸਿਖਾਓ, ਅੱਜ ਉਹ ਜਿੰਨੇ ਬੱਚੇ ਮੈਂ ਕਹਿੰਦਾ 17,000 ਨੇ, ਅਤੇ ਉਹਦੇ 'ਚ 1700 ਗਏ ਅਗਰ ਐਕਟਿਵ ਹੋਣਗੇ ਨਾ, ਉਹ ਬੜੀ ਖੁਸ਼ੀ ਹੁੰਦੀ ਕਿ ਉਹਨੇ ਚੇਤਾ ਤਾਂ ਹੁੰਦਾ ਨਾ ਵੀ ਮੈਂ ਕਿੱਥੇ ਸਿੱਖਿਆ। ਜ਼ਿਆਦਾ ਤੁਹਾਡੇ ਕੋਲ ਗਿਟਾਰ ਵਾਸਤੇ ਲੋਕ ਆਏ ਨੇ ਜਾਂ? ਸਰ ਮੈਂ ਗਿਟਾਰ ਕੀ ਜ਼ਿਆਦਾ ਫੋਕਸ ਕੀਤਾ, ਸਾਡੀ ਬੰਸਰੀ ਜਿਹੜੀ ਹੈ ਨਾ, ਬੰਸਰੀ ਇੱਕ ਇੰਸਟਰੂਮੈਂਟ ਤਾਂ ਬੜਾ ਅੱਛਾ ਹੈ, ਲੇਕਿਨ ਇਹਦੇ ਵਾਸਤੇ ਨਾ ਪੇਸ਼ੈਂਸ ਚਾਹੀਦੀ, ਇੰਟਰਸਟ ਹੋਣਾ ਚਾਹੀਦਾ, ਲੋਕਾਂ 'ਚ ਪੇਸ਼ੈਂਸ ਨਹੀਂ ਹੈ। ਗਿਟਾਰ ਜਿਹੜੀ ਹੈ 3 ਮਹੀਨੇ 2 ਮਹੀਨੇ 'ਚ ਵੀ ਆਉਂਦੀ ਬੰਦੇ, ਬੜੇ ਐਕਸਪਰਟ ਹੋਣ ਤਾਂ ਉਹ 1-1 ਮਹੀਨੇ 'ਚ ਵੀ, ਅੱਜ ਕੱਲ੍ਹ ਤਾਂ ਲੋਕ ਯੂਟਿਊਬ 'ਚ ਵੀ ਸਿੱਖ ਜਾਂਦੇ, ਪਰ ਇੱਕ ਗਾਈਡਲਾਈਨ ਦੇਣਾ ਬੜਾ ਜ਼ਰੂਰੀ ਹੈ। ਅਤੇ ਬਾਂਸਰੀ ਦੇ ਮੇਰੇ ਕੋਲ ਬੜੇ ਰੇਅਰ, ਬੜੇ ਘੱਟ ਨੇ, ਸਿੱਖਾਂ ਦੇ 2-3 ਬੰਦੇ ਸਿੱਖਦੇ ਮੇਰੇ ਕੋਲ, ਕੋਈ ਆਨਲਾਈਨ, 1-2 ਲੜਕੀਆਂ ਨੇ ਮੇਰੇ ਕੋਲ ਉੱਥੋਂ ਦਾ ਅਮੈਰੀਕਾ ਦੀਆਂ, ਉਹ ਆਨਲਾਈਨ ਸਿੱਖਦੀਆਂ, ਇੱਕ ਅੰਗਰੇਜ਼ ਹੈ ਇੱਥੋਂ ਦਾ ਆਸਟ੍ਰੇਲੀਆ ਦਾ, ਅਤੇ ਉਹ ਵੀ ਆਨਲਾਈਨ ਹਫ਼ਤੇ 'ਚ ਇੱਕ ਵਾਰੀ ਮੇਰੇ ਕੋਲ ਆਉਂਦਾ। ਅਤੇ ਜਿਵੇਂ ਆਸਟ੍ਰੇਲੀਆ ਦੇ ਵਿੱਚ ਮੇਰੇ ਬੱਚੇ ਉੱਥੇ ਹਨ, ਅਤੇ ਮੈਂ ਚਲੀ ਗਿਆ ਉੱਥੇ, ਅਤੇ ਤੁਸੀਂ ਪਤਾ ਆਸਟ੍ਰੇਲੀਆ ਦੀ ਆਬਾਦੀ ਵੀ ਨਹੀਂ ਹੈ ਕੱਖ ਵੀ, ਉੱਥੇ ਕੋਈ ਬੰਦਾ ਲੱਭਦਾ ਵੀ ਨਹੀਂ ਆ ਰੋਡ ਉੱਪਰ ਚੱਲਦੇ ਫਿਰਦੇ, ਅਸੀਂ 1 ਮਹੀਨਾ ਤਾਂ ਥੋੜ੍ਹੇ ਬੋਰ ਹੋਏ ਉੱਥੇ, ਇੱਕ ਵਾਰੀ ਹਾਂ ਦੇਖਿਆ ਉੱਥੇ ਬਾਜ਼ਾਰ 'ਚ ਇੱਕ ਕੀਰਤਨ ਉਹ ਆਦਾ ਅੰਗਰੇਜ਼ ਉੱਥੇ ਨੱਚਾ ਦੇ, ਅਤੇ ਮੈਂ ਜਲਦੀ ਗਿਆ ਉਹਦੇ ਕੋਲ, ਅਤੇ ਉਹਨੇ ਮੇਰੀ ਵਾਈਫ ਕੀ ਵੀ ਪਕੜ ਲਿਆ, ਲੱਗੀ ਦੇਖੀਏ ਲੱਗੇ ਨਚਾਉਣਾ ਸ਼ੁਰੂ ਕੀਤਾ, ਫਿਰ ਮੈਂ ਉੱਥੇ ਬੰਸਰੀ ਮੇਰੇ ਕੰਨੇ ਹੁੰਦੀ, ਮੈਂ ਬੰਸਰੀ ਕੱਢੀ ਕਰ ਲਈ, ਬੰਸਰੀ ਵਜਾਈ ਜਿਲ੍ਹਾ, ਅਤੇ ਉਹਦੇ ਕੰਨੇ ਮੇਰਾ ਅੱਛਾ ਹੋਈ ਆ ਉਹਦੇ ਕੰਨੇ, ਫਿਰ ਮੈਂ ਉਹਦੇ ਕੰਨੇ ਜੁੜੀ ਆ। ਹੁਣ ਮੈਂ ਇਸਕਾਨ ਦੇ ਵਿੱਚ ਜਿਹੜੇ ਜੰਨਾ ਉੱਥੇ ਹੁੰਦੇ ਟੈਂਪਲ 'ਚ ਜੰਨਾ, ਅਤੇ ਉਹ ਕੀ ਕਰਦੇ ਕਿ 300-400 ਦਾ ਇੱਕ ਗਰੁੱਪ ਬਣਦਾ ਇਸ ਇਹਦਾ, ਅੰਗਰੇਜ਼ ਜਿਹੜੇ ਗੋਰੇ ਨੇ, ਯੰਗਸਟਰਸ ਜਿਹੜੇ ਇਸ ਸਾਡੇ ਸਨਾਤਨ ਕੀ ਫਾਲੋ ਕਰਾਦੇ, ਉਹ ਕੀ ਕਰਨਾ ਮੈਂ ਉਹਦੇ ਕੰਨੇ, ਉਹਦੇ ਬਾਅਦ ਫਿਰ ਮੈਂ ਵੱਡੀਆਂ ਬੰਸਰੀਆਂ ਵਜਾਉਣਾ ਸ਼ੁਰੂ ਕੀਤੀਆਂ। ਉਹਨੇ ਵੀ ਆਖਿਆ ਤੁਸੀਂ ਵੱਡੀ ਬੇਸ ਬੰਸਰੀ ਵਜਾਓ, ਉਹਦੇ ਕੰਨੇ ਮੈਂ ਸਵੇਰੇ ਉੱਠੀਏ ਉੱਥੇ ਜਾਈਏ, ਅਤੇ ਉਹ ਆਪਣਾ ਅਲਾਪ ਕਰਨਾ ਉਹਨਾਂ, ਜਿਸਲੇ ਉਹ ਮੈਡੀਟੇਸ਼ਨ ਕਰਦੇ ਨੇ, ਅਤੇ ਫਿਰ ਬੰਸਰੀ ਵੱਜਦੀ, ਫਿਰ ਉਹਦੇ ਡਾਂਸ ਚੱਲਦੇ, ਫਿਰ ਕਰਦੇ ਕਰਦੇ ਮੈਂ ਕਈ ਵਾਰੀ ਵੀਡੀਓ ਵੀ ਪਾਈ ਹੈ ਫੇਸਬੁੱਕ 'ਚ, ਅਤੇ ਬੜਾ ਅੱਛਾ ਲੱਗਦਾ ਕਿ ਸਾਡਾ ਬਾਹਰ ਲੋਕ ਸੀ ਫਾਲੋ ਕਰਾ ਦੇ। ਇੱਕ ਬੜੀ
ਪਿਆਰੀ ਸਾਡੀ ਮੂਵੀ ਬਣੀ ਸੀ ਜੀ ਜੀ, ਬੰਸਰੀ ਦੀ ਤਾਣ, ਉਹਦੇ ਵਿੱਚ ਬੜੀ ਪਿਆਰੀ ਉਹ ਫਿਲਮ ਹੀਰੋ, ਹਾਂਜੀ ਹਾਂਜੀ, ਜੈਕੀ ਸ਼ਰਾਫ ਦੀ, ਹਾਂਜੀ ਹਾਂਜੀ, ਅੱਜ ਵੀ ਜਿਹੜਾ ਬਿੰਦਰ ਹੀ ਜਿਹੜਾ ਫਲੂਟ ਵੱਜਦੀ ਹੈ, ਬਿਲਕੁਲ ਸਾਰੇ ਹੀ ਉਹ ਮਤਲਬ ਇਹ ਲੱਗਦਾ ਕਿ ਸੱਚਮੁੱਚ ਕੋਈ ਪਹਾੜੀ ਧੁੰਨ ਗਿਆ ਜਿਹੜੀ ਵੱਜਾ ਕਰਦੀ ਹੈ। ਤੇ ਅਗਰ ਤੁਹਾਨੂੰ ਆਖਿਆ ਜਾ ਤਾਂ ਸਾਡੇ ਦਰਸ਼ਕਾਂ ਲਈ, ਮੈਂ ਸੁਣਾਉਣਾ ਸਰ, ਮੈਂ ਬਿਲਕੁਲ ਸੁਣਾਉਣਾ ਤੁਸੀਂ, ਉਹ ਬੜੀ ਅੱਛੀ ਸੀ। ਤੂੰ ਨਾਸ ਇੱਥੋਂ ਦਾ ਸ਼ਿਮਲੇ ਜਾਂਦੇ ਹੁੰਦੇ ਸੀ ਅਤੇ ਪ੍ਰੋਗਰਾਮ ਕਰਨ ਜਾਂਦੇ ਹੁੰਦੇ ਸੀ। ਇੱਕ ਵਾਰੀ ਕਿਸੇ ਨੇ ਮੇਰੀ, ਮੈਂ ਬੰਸਰੀ ਸਟੇਜ ਦੇ ਉੱਪਰ ਵਜਾਈ ਅਤੇ ਕਿਸੇ ਕੁੜੀ ਨੇ ਕੀ ਕੀਤਾ ਜੀ, ਮੇਰੀ ਬੰਸੀ ਰਿਕਾਰਡ ਕਰ ਲਈ। ਅਸ ਮਾਲ ਰੋਡ ਉੱਪਰ ਚੱਲ ਰਹੇ ਤੇ ਪਿੱਛੋਂ ਉਹਨੇ ਕੀਤਾ, ਉਸੀ ਪਤਾ ਹੈ ਵੀ ਅੱਗੇ ਜਾ ਦੇਣ, ਉਹਨੇ ਪਿੱਛੋਂ ਬੰਸਰੀ ਆਣ ਕੀਤੀ। ਤਾਂ ਮੈਂ ਆਪਣੇ ਦੋਸਤ ਕਨ ਡਿਸਕਸ ਕਰਨ ਲੱਗਾ, ਮੈਂ ਯਾਰ ਇਹ ਜੀ ਬਜੀ ਆ ਨਾ, ਕਹਿੰਦਾ ਬੜੀ ਵਧੀਆ ਬੰਸਰੀ ਹੈ। ਉਹ ਕਰਦੇ ਕਰਦੇ ਕੁੜੀ ਉਹ ਕੋਲ ਆਈ, ਤਾਂ ਉਹਨੇ ਟੇਬਲ ਕਰ ਰਹੀ ਹੈ, ਕੋਲ ਲਾਇਆ ਨਾ, ਚੱਲੇ ਮੈਂ ਪਿੱਛੇ ਮੁੜੀ ਦੇਖੇ ਜੇ ਕਰੇ, ਮੈਂ ਸਰ ਇਹ ਆਪ ਕੀ ਤੂੰ ਵਿਆਹੀ ਹੋਈ ਹੈ, ਬੜੀ ਅੱਛੀ ਮਤਲਬ ਇਹ ਲੱਗਿਆ। ਹਾਂਜੀ ਬਿਲਕੁਲ, ਮੈਂ ਸੁਣਾਉਣਾ ਸੱਚਮੁੱਚ ਇਹ ਲੱਗਾ ਕਰਦਾ ਕਿ ਉਹ ਜਿਹੜੀ ਉਹਦੇ 'ਚ ਫਿਲਮ 'ਚ ਵੱਜਦੀ, ਉਹ ਲਈ ਤੁਸੀਂ ਵੀ ਪ੍ਰਯਾਸ ਕੀਤਾ ਔਰ ਬੜੀ ਅੱਛੀ। ਉਹ ਅਗਰ ਕਿਸੇ ਨੇ ਤੁਹਾਨੂੰ ਕੰਪਲੀਮੈਂਟ ਦਿੱਤੇ ਕੁੜੀ ਨੇ, ਜਾਂ ਤੁਸੀਂ ਆਪਣੀ ਹੀ ਬੰਸਰੀ ਸੁਣੀ, ਅਗਰ ਕੰਪਲੀਮੈਂਟ ਦਿਆ ਤਾਂ ਸਾਡੇ ਵੀ ਕੰਪਲੀਮੈਂਟ ਤੁਹਾਡਾ ਕਰਨੇ ਗਏ। ਹੁਣ ਇੱਕ ਚੀਜ਼ ਖਾਸ ਕਰੀਏ, ਕਲਾਕਾਰੀ ਦੇ ਵਿੱਚ ਕਈ ਲੋਕ ਤਾਂ ਆਖਦੇ ਵੀ ਜੀਵਨ ਜਾਪਣ ਚਲਾਉਣ ਵਾਸਤੇ ਕਲਾਕਾਰੀ ਸਿਰਫ ਦਿਖਾਵਾ ਗਿਆ, ਇਹਦੇ ਕਨੀ ਜੀਵਨ ਜਾਪਣ ਨਹੀਂ ਚੱਲਦਾ, ਕੋਈ ਸਰਕਾਰੀ ਮਦਦ ਵੀ ਨਹੀਂ ਮਿਲਦੀ, ਟੀਚਿੰਗ ਦਾ ਵੀ ਇਹ ਹੈ ਕਿ ਜਿਹੜੇ ਮੈਂ ਗਿਟਾਰ ਵਜਾਉਂਦਾ ਹਾਂ ਤਾਂ ਉਸ ਟਾਈਮ 'ਚ ਲੋਕਾਂ 'ਚ ਕੋਈ ਕਨਸੈਪਟ ਗਿਟਾਰ ਦਾ ਇੰਨਾ ਆਉਣਾ। ਜਿਹੜੇ ਕੋਈ ਸਿੱਖਣ ਦੀ ਗੱਲ ਕਰਦਾ ਹਾਂ ਤਾਂ ਮਾਂ ਪਿਓ ਕੀ ਕਰਦੇ, ਈਵਨ ਕਿ ਮੇਰੇ ਘਰ ਵਾਲੇ ਵੀ, ਮੈਂ ਗਿਟਾਰ ਵਜਾਉਂਦਾ ਹੁੰਦਾ ਤੇ ਮੇਰੇ ਘਰ ਵਾਲੇ ਵੀ, ਚੱਲ ਪੁੱਤਰ ਪੜ ਬਈਏ, ਤੂੰ ਇਹ ਨਹੀਂ ਕੰਮ ਕਰਨਾ, ਤੇਰਾ ਕੰਮ ਨਹੀਂ ਹੈ, ਤੂੰ ਪੜ ਪੜ। ਮੈਂ ਉਹ ਛੋਟੀ ਇਗਜ਼ਾਮਪਲ ਦਿੰਦਾ, ਮੈਂ 10ਵੀਂ ਪਾਸ ਕੀਤੀ ਅਤੇ ਮੈਂ ਘਰ ਵਾਲੀ ਬੜੇ ਹੱਥ ਜੋੜੀ ਆਖਿਆ ਮੈਂ ਮਿਊਜ਼ਿਕ ਐਂਡ ਫਾਈਨ ਆਰਟਸ ਕਾਲੇ ਪੈੜੋ, ਮੈਂ ਉੱਥੇ ਜਾਣਾ, ਨਹੀਂ ਪੁੱਤਰ ਤੂੰ ਡਾਕਟਰ ਬਣਨਾ, ਤੂੰ ਇਹ ਨਹੀਂ ਕਰਨਾ। ਬੜਾ ਮਤਲਬ ਫੋਰਸਲੀ ਜਿਹੀਆਂ ਕਰਦੇ ਨਾ ਬੱਚੇ, ਬਿਲਕੁਲ ਮੈਂ ਲਈ ਤੇ ਸਾਇੰਸ ਸਬਜੈਕਟ, ਬਟ ਅੱਛੇ ਅੱਛੇ ਪ੍ਰੋਫੈਸਰ ਆਏ ਤੇ ਮੈਂ ਕੈਮਿਸਟਰੀ ਦਾ, ਫਿਜਿਕਸ ਦਾ, ਮੈਥ ਦਾ, ਜਿਹੜੇ ਮੰਨਣ ਦੇ ਟਾਪ ਦੇ ਪ੍ਰੋਫੈਸਰ, ਮੈਂ ਸਰ ਉੱਥੇ ਜਾਣਾ ਅਤੇ ਮੇਰੇ ਪਾਉਂਦੇ ਹੋਊਗੇ ਜਿਹੜਾ ਉਹ ਕਾਲਾ ਅਕਸ਼ਰ ਬੈਂਸ ਬਰਾਬਰ ਵੀ ਸਮਝ ਨਹੀਂ ਲੱਗਣੀ ਕੱਖ ਵੀ। ਫੇਲ ਹੋਈਏ, ਇੱਕ ਸਬਜੈਕਟ ਪਾਸ ਹੋਇਆ ਇੰਗਲਿਸ਼, ਬਾਕੀ ਤਰੇ ਫੇਲ ਹੀ। ਮੈਂ ਫਿਰ ਹੱਥ ਜੋੜੇ, ਨਹੀਂ ਤੂੰ ਨਾਨ ਮੈਡੀਕਲ, ਮੈਂ ਕਿਹਾ ਨਹੀਂ ਮੈਂ, ਪਲੀਜ਼ ਮਾਫ਼ ਕਰੋ ਮੈਂ ਕਿਵੇਂ। ਫਿਰ ਐਨੀ ਵੇ ਮੈਂ 12ਵੀਂ ਦੇ ਵਿੱਚ ਮੈਂ ਕਾਮਰਸ 'ਚ ਆਈ ਆ, ਕਾਮਰਸ 'ਚ ਫਿਰ ਥੋੜ੍ਹੀ ਮਿਹਨਤ ਮੁਹਨਤ ਕੀਤੀ, ਕਰਦੇ ਕਰਦੇ ਫਿਰ ਮੈਂ ਐਮ ਕਾਮ ਤੱਕ ਪੁੱਜੀ ਆ, ਡਿਪਲੋਮਾ ਮਾਰਕੀਟਿੰਗ ਵੀ ਕਰ ਲਿਆ, ਡਿਪਲੋਮਾ ਉਹਦਾ ਕੀਤਾ ਆਪਣਾ, ਐਕਸਪੋਰਟ ਮੈਨੇਜਮੈਂਟ ਦਾ ਕੀਤਾ ਮੈਂ ਦਿੱਲੀ ਜਾਈਏ। ਲੇਕਿਨ ਸਰ ਪੜ੍ਹਾਈ ਤਾਂ ਚਲੋ ਠੀਕ ਹੈ, ਇੱਕ ਉਹਦੇ ਕੰਨੇ ਉਹ ਬਣੀ ਆ ਮੇਰਾ ਸਟੇਟਸ, ਲੇਕਿਨ ਉਹ ਮੇਰੇ ਉਹਦੇ 'ਚ ਨਹੀਂ, ਮੇਰੇ ਕੰਮ ਇਹ ਬੰਸਰੀਆਂ ਅਤੇ ਇਹ ਗਿਟਾਰਾਂ ਆਈਆਂ ਜਿਹਦੀ ਬਦੌਲਤ ਮੈਂ ਅੱਗੇ ਨਿਕਲਿਆ। ਅਤੇ ਹਾਂਜੀ, ਇੱਕ ਅਸ ਜਿਹੜਾ ਦੇਖਦੇ ਹੈਗੇ ਖਾਸ ਕਰੀਏ ਗ੍ਰਾਂ ਦੇ ਵਿੱਚ, ਜਿਵੇਂ ਜਨਮ ਗ੍ਰਾਂ 'ਚ ਹੋਇਆ, ਗ੍ਰਾਂ 'ਚ ਜਿਲ੍ਹਾ ਵੀ ਕੋਈ ਵਿਆਹ ਕਾਰਜ ਹੋਣਾ ਅਤੇ ਸਾਰੇ ਲੋਕ ਕਿੱਠੇ ਹੋਏ, ਜਿਵੇਂ ਸਾਡੀ ਨਾਰਾਂ ਕਿੱਠੇ ਹੋਈ ਹੈ ਅਤੇ ਆਪਣੇ ਉਹ ਲੋਕ ਗੀਤ ਗਾਉਂਦੀਆਂ, ਬੰਦੇ ਵੀ ਅਸੀਂ ਦੇਖਦੇ ਵੀ ਉੱਥੇ ਬਾਰਾਂ ਲੱਗਦੀਆਂ, ਖਾਸ ਕਰੀ ਗ੍ਰਾਂ 'ਚ, ਹਾਂਜੀ ਹਾਂਜੀ, ਉਹ ਪੱਖਾਂ ਗੀਤੜੂ ਜੀ ਜੀ, ਔਰ ਖਾਸ ਕਰੀ ਤੁਹਾਡੇ ਉਸ ਪਹਾੜੀ ਇਲਾਕੇ, ਅੱਜ ਵੀ ਉੱਥੇ ਉਹ ਗੀਤੜੂ ਅਤੇ ਪੱਖਾਂ ਉਹ ਬਾਰਾਂ
ਸਾਰੀਆਂ ਦੋਰੀਆਂ ਜਿਹੀਆਂ ਦੋ ਦੋ ਦੌਰਾਂ ਬਣਦੀਆਂ ਤਾਂ ਆਪਸ ਵਿੱਚ ਕੰਪੀਟੀਸ਼ਨ ਹੁੰਦਾ। ਉਹੀ ਲਈ ਚੀਜ਼ ਅੱਜ ਅਸੀਂ ਦੇਖਣ ਦੇ ਵਿੱਚ ਸਾਡੇ ਜੰਮੂ ਦੇ ਲਾਗੇ ਭਾਗੇ ਗ੍ਰਾਂ 'ਚ ਉਹ ਚੀਜ਼ ਲੁਪਤ ਹੋਆ ਕਰਦੀ, ਕਿਉਂਕਿ ਸ਼ਹਿਰੀਕਰਨ ਹੋਈ ਹੈ ਉਹਨੇ ਇਲਾਕੇ 'ਚ ਅੱਜ ਵੀ ਹੈ। ਕਿੰਨਾ ਫਕਰ ਮਹਿਸੂਸ ਹੁੰਦਾ ਕਿ ਅਸੀਂ ਗ੍ਰਾਂ ਦਾ ਉੱਠੀ ਆਏ ਹਾਂ, ਬਿਲਕੁਲ ਗ੍ਰਾਂ ਹੀ ਜਿਹੜਾ ਜੀਵਨ ਹੈ ਉਹ ਅੱਜ ਵੀ ਉਨਾ ਪਿਆਰਾ। ਮੇਰੀ ਅਟੈਚਮੈਂਟ ਬੜੀ ਹੈ ਆਪਣੇ ਚਨੈਣੀ ਸੁਧਮਾ ਦੇ, ਮੇਰਾ ਹਰ ਮਹੀਨੇ ਦੇ ਬਾਅਦ ਚੱਕਰ ਲੱਗਦਾ ਲੱਗਦਾ, ਔਰ ਮੈਂ ਰਾਈਟ ਫਰੋਮ ਦਾ ਬਿਗਨਿੰਗ ਜਿਹੜੇ ਦੂਸਰੀ 'ਚ ਸਾਹ ਤੇ ਉਹਦੇ ਬਾਅਦ ਮੇਰੀ ਕੋਈ ਐਸੀ ਅਟੈਚਮੈਂਟ ਰਹੀ, ਮੈਂ ਜਾਂਦਾ ਕਰਿਆ ਉੱਥੇ। ਹੁਣ ਅਸੀਂ ਪਿੱਛੇ ਹੀ ਗਏ, ਇਹ ਸਰੋਲੀ ਧਾਰ ਆਉਂਦੀ ਹੈ ਇੱਕ ਗੋਰੀਕੁੰਡ ਕੋਲ ਉੱਪਰ ਆਉਂਦੀ ਹੈ, ਬੜੀ ਹਾਈਟ ਆਉਂਦੀ, ਉੱਥੇ ਮੇਲਾ ਲੱਗਦਾ ਮਾਤਾ ਦਾ ਉੱਥੇ। ਹਾਂ ਉੱਥੇ ਅਸੀਂ ਉੱਥੇ ਜਾਂਦੇ ਹਾਂ ਅਤੇ ਉੱਥੇ ਅਸੀਂ ਕਿਵੇਂ ਕਿਹਾ ਆਪਣੀ ਬੰਸਰੀ ਲਈ ਨਾ, ਉੱਥੇ ਕੀ ਹੁੰਦਾ ਸਰ ਜਦੋਂ ਮੈਂ ਜਾਂਦਾ ਅਤੇ ਕੋਈ ਢੋਲ ਵਜਾ ਦਾ ਕੁਛ, ਮੈਂ ਉਹਦੇ 'ਚ ਖਲੋਈਏ, ਮੈਂ ਨਹੀਂ ਪਰਵਾਹ ਕਰਨੀ ਕੁਛ, ਮੈਂ ਬੰਸਰੀ ਕੱਢਣੀ, ਪਹਾੜੀ ਵਜਾਉਣੀ ਅਤੇ ਸਾਰਾ ਮੇਲਾ ਇਕੱਠਾ ਹੁੰਦਾ ਵੀ ਇਹ ਬੰਦਾ ਕਿੱਥੋਂ ਆਇਆ, ਇਹ ਬੜਾ ਐਨਕਾਂ ਪਾਏ ਦੀਆਂ, ਕੱਪੜੇ ਦੂਏ ਪਾਏ ਦੇ ਬੜੇ, ਫਿਰ ਉੱਥੇ ਬੰਸਰੀ ਵਜਾਉਣੀ ਅਤੇ ਉਹ ਬੜਾ ਇੱਕ ਮਜ਼ਾ ਆਉਂਦਾ। ਉਹ ਉੱਥੇ ਗਾਣੇ ਚੱਲਦੇ ਉਹ ਕੁੱਡ ਮਾਨ ਤਲਾਈਏ ਦਾ, ਉਹ ਅਤੇ ਧਾਰਾਂ ਧੂਰਾਂ ਪਈਆਂ, ਮਤਲਬ ਪਧਰਵਾ ਕਿਸ਼ਤਵਾੜ ਸਾਰੇ ਲੋਕ ਉੱਥੋਂ ਆਉਂਦੇ। ਉਹਦੇ ਬਾਅਦ ਵੀ ਮੈਂ ਇਹ ਜਦੋਂ ਵੀ ਮੈਂ ਜਾਂਦਾ ਮੈਂ ਬੰਸਰੀ ਲਈ ਹੈ ਅਤੇ ਕਦੇ ਮਾਨ ਤਲਾਈ, ਕਦੇ ਸੁਧਵਾ ਦੇਵੀ, ਕਦੇ ਪਿੱਛੇ ਚਲੇ ਜਾਣਾ ਉੱਧਰ ਵਾਲੀ ਮਰੋਠੀ ਵਾਲੀ ਸਾਈਡ ਕੁਤੇ ਚਲੇ ਜਾਂਦਾ। ਬੜੇ ਇਲਾਕੇ ਮੈਂ ਵੀ ਬੜਾ ਕੋਸ਼ਿਸ਼ ਕੀਤੀ ਹੈ ਕਿ ਉਸ ਇਲਾਕੇ ਵੀ ਮੈਂ ਮਤਾ ਸਾਰਾ ਆਪਣੇ ਕੈਮਰੇ ਦੀ ਅੱਖੀਂ ਕਿਹੜੇ ਲੋਕਾਂ ਤੱਕ ਪਹੁੰਚਾਇਆ, ਜਿਵੇਂ ਤੁਹਾਡਾ ਉੱਪਰ ਦੇਹਰਾ ਟਾਪ ਇੱਕ ਬੜਾ ਦੇਹਰਾ ਟਾਪ, ਉੱਥੇ ਵੀ ਗਿਆ ਹੂੰ, ਨੈਣਾ ਦੇਵੀ ਜਿਹੜੀ ਬੰਗੜ ਮਾਤਾ ਹੈ, ਬਿਲਕੁਲ ਬੜੇ ਪਿਆਰੇ ਜਗ੍ਹਾ ਹਨ। ਪਰ ਅਸ ਲੋਕ ਜਾਂ ਸਰਕਾਰ ਕੋਸ਼ਿਸ਼ ਨਹੀਂ ਕਰਦੀ ਉਹਨੇ ਇਲਾਕੇ ਹੀ ਅਗਰ ਡਿਵੈਲਪ ਕਰਾ ਤਾਂ ਕਿੰਨੀ ਪਿਆਰੀ ਜਗ੍ਹਾ ਹੋਈ। ਬਿਲਕੁਲ ਬਿਲਕੁਲ। ਅਤੇ ਇੱਕ ਚੀਜ਼ ਹੋਰ ਖਾਸ ਕਰੀਏ, ਅਸ ਜਿਵੇਂ ਤੁਸੀਂ ਦੇਸ਼ ਦਾ ਬਾਹਰ ਵੀ ਵਿਦੇਸ਼ 'ਚ ਵੀ ਗਏ, ਆਪਣੇ ਪ੍ਰਦੇਸ਼ ਕੋਲ ਦੇਸ਼ ਦੇ ਵੱਖ ਕੋਨੇ 'ਚ ਅਤੇ ਦੇਸ਼ ਕੋਲ ਬਾਹਰ ਟੱਪੀਏ ਵਿਦੇਸ਼ਾਂ 'ਚ ਵੀ ਗਏ, ਪਰ ਜਿਹੜਾ ਸਾਡਾ ਖਾਣ ਪੀਣ ਅਸ ਉਹ ਗੱਲ ਕਰਚਿਆ ਉਸ ਪਹਾੜੀ ਇਲਾਕੇ ਦਾ, ਉਹ ਜਿਹੜਾ ਸਾਡੇ ਘਰਾਟਾ ਦੀ ਮੱਕੀ ਦਾ ਢੋਡਾ ਅਤੇ ਸਰ੍ਹੋਂ ਦਾ ਸਾਗ ਜਾਂ ਉਹ ਨਿੱਕੇ ਮੋਟੇ ਜਿਹੜੇ ਉੱਥੋਂ ਦੇ ਖਾਣ ਪੀਣ ਸਾਡੇ ਡੋਗਰੇ ਦੇ, ਉਹ ਚੇਤਾ ਹੁੰਦੇ ਜਿਹੜੇ ਇੱਥੋਂ ਦਾ ਛੱਡਿਆ। ਬੜਾ ਚੇਤਾ ਸਰ, ਮੇਰੇ ਬੱਚੇ ਨੇ ਤਰਾਇਆ ਆਸਟ੍ਰੇਲੀਆ ਵਿੱਚ ਅਤੇ ਮੇਰਾ ਬੇਟਾ ਵੀ ਖਾਸ ਕਰ, ਅਤੇ ਉਸੀ ਉਹ ਬੜਾ ਚੇਤਾ ਹੁੰਦਾ ਸੁਧਮਾ ਦੇ, ਉਹ ਕਦੋਂ ਜਾਣਾ ਪਾਪਾ, ਜਦ ਮੈਂ ਜੰਮੂ ਆ ਉਦੋਂ ਜਾਣਾ। ਅਟੈਚਮੈਂਟ ਦੇਖੋ ਨਾ, ਨਹੀਂ ਤਾਂ ਕਈ ਬੱਚੇ ਚਲੀ ਜਾਂਦੇ ਬਾਹਰ ਅਤੇ ਉਸੇ ਕਲਚਰ 'ਚ ਗਏ ਹੁੰਦੇ, ਲੇਕਿਨ ਉਹਨੇ ਬੱਚੇ ਹੀ ਮੇਰੇ ਬੇਟੀਆਂ ਨੇ, ਬੇਟਾ ਮੇਰਾ, ਪਾਪਾ ਜਦ ਮੈਂ ਜੰਮੂ ਆਊਂਗਾ ਨਾ ਉਹ ਸਰੋਲੀ ਟਾਪ ਜਾਣਾ, ਦੇਹਰਾ ਟਾਪ ਵੀ ਜਾਣਾ, ਮੈਨੇ ਗੁੰਮ ਜਾਣਾ। ਮਤਲਬ ਉਹ ਦੇਖੋ, ਫਾਦਰ ਦੀ ਅਗਰ ਅਟੈਚਮੈਂਟ ਹੈ, ਮੇਰੀ ਵਾਈਫ ਦੀ ਅਟੈਚਮੈਂਟ, ਤਾਂ ਨੈਚੁਰਲੀ ਬੱਚੇ ਨੇ ਹੋਣੀ। ਜੇ ਅਸੀਂ ਆਪਣਾ ਘਰ ਗਿਆ ਛੱਡ ਉੱਡ ਗਏ ਤਾਂ ਅਸੀਂ ਸ਼ਹਿਰ 'ਚ ਆਈਏ ਰਹਿਣਾ ਸ਼ੁਰੂ ਕਰੇ ਅਤੇ ਗ੍ਰਾਂ ਜਾਣਾ ਨਹੀਂ, ਅਸੀਂ ਬੜੀਆਂ ਫੈਮਲੀ ਦੇਖੀਆਂ ਜਿਹੜੇ ਗ੍ਰਾਂ ਛੱਡ ਗਏ ਬੈਠੇ। ਲੇਕਿਨ ਮੇਰੀ ਕੋਸ਼ਿਸ਼ ਇਹ ਹੈ ਕਿ ਮੈਂ ਕੁਤੇ ਅਗਰ ਭਗਵਾਨ ਨੇ ਮੇਰੇ ਬੱਚੇ ਵਿਆਹ ਸ਼ਾਹ ਹੀ ਹੁਣ ਸੈਟਲ ਹੋ ਜਾਣ, ਅਤੇ ਮੈਂ ਚਾਹੁੰਦਾ ਮੈਂ ਸੁੱਧੀ ਗਿਆ ਸੈਟਲ ਹੋ ਜਾਵਾਂ, ਉੱਥੇ ਮਕਾਨ ਬਣਾਈਏ, ਉੱਥੇ ਰਹਾਂ, ਵਿਆਹ ਵਿੱਚ ਵਿੱਚ ਜਾਂਦੇ ਰਹੇ ਆਪਣੇ ਚੱਕਰ ਜਾਂਦਾ। ਪਰ ਮੈਨੂੰ ਇਹ ਲੱਗਦਾ ਕਿ ਕਿਉਂ ਨਹੀਂ ਮੈਂ ਵੀ ਇਸ ਇਲਾਕੇ ਦੇ ਪਰ ਮੇਰਾ ਵੀ ਪਿਆਰ ਉਨਾ ਗਿਆ ਸਰ। ਮੈਂ ਬੜੇ ਸਾਰੇ ਆਖਣਾ ਕਿ ਸਾਡੀ ਬੜੀ ਖੁਸ਼ਕਿਸਮਤੀ ਹੈ ਕਿ ਸਾਨੂੰ ਐਸੀ ਜਗ੍ਹਾ ਸਥਾਨ ਮਿਲਦਾ ਜਿੱਥੋਂ ਅਸੀਂ ਪੈਦਾ ਹੋਏ, ਅਸੀਂ ਬੜਾ ਪ੍ਰਾਊਡਲੀ ਫੀਲ ਕਰ ਰਹੇ। ਮੈਂ ਸਰ ਕੱਲ੍ਹ ਇੱਕ ਪੋਸਟ ਪਾਈ ਹੈ, ਮੈਂ ਕਿਤੇ ਕਿ ਇੰਗਲਿਸ਼ ਗਾਣਾ ਹਾਂ, ਉਹ ਇੱਕ ਇੱਥੇ ਪਤਨੀਟਾ ਸਾਰੀ ਆਪਣਾ ਗੋਰੀਕੁੰਡ ਕੋਲ ਕੁਛ 1 ਕਿਲੋਮੀਟਰ ਦੂਰ ਹੈ ਉੱਪਰ, ਗਲੀ ਆਖਦੇ ਸੀ ਗਲੀ, ਉਹ ਗਲੀ ਟਾਪ ਤੋਂ ਉੱਥੋਂ ਪਤਨੀਟਾਪ ਵੀ ਜ਼ਿਆਦਾ, ਹੁਣ ਸੜਕ ਵੀ ਨਿਕਲੀ। ਮੈਂ ਉੱਥੋਂ ਨਿੱਕੇ ਹੁੰਦੇ ਬਚਪਨ 'ਚ ਜਾਂਦਾ ਹੁੰਦਾ, ਹੁਣ ਉੱਥੇ ਸੜਕ ਬਣਾ ਦੀ ਹੈ, ਮੈਂ ਉੱਥੇ ਗਿਆ ਹਾਂ ਅਤੇ ਮੈਂ ਆਪਣੇ ਬੇਟੇ ਆਖਿਆ ਮੈਂ ਬੱਚੇ ਗਾਣਾ ਵਜਾਉਂਦਾ ਇੱਥੇ, ਮੈਂ ਕੌਣ ਸਾ ਗਾਣਾ ਕਰਨਾ, ਮੈਂ ਇੰਗਲਿਸ਼ ਗਾਣਾ ਬਟਨ ਫਲਿਊਟ ਲਈ ਹੈ ਅਤੇ ਮੈਂ ਉੱਥੇ ਵਜਾਇਆ। ਉਹ ਸਰ ਉਹਦੀ ਇੰਨੀ ਅੱਛੀ ਸੀਨਰੀ ਕੈਪਚਰ ਹੋਈ ਹੈ, ਉਹ ਮੈਂ ਪੋਸਟ ਕੀਤੀ ਸੀ, ਅਤੇ ਇੱਕ ਸਾਡਾ ਇੱਥੇ ਨਿਊਜ਼ੀਲੈਂਡ ਦਾ ਇੱਕ ਦੋ ਅੰਗਰੇਜ਼ ਹੈ ਅਤੇ ਉਹ ਮੇਰੇ ਇਹ ਜੰਮੂ 'ਚ ਆਏ ਤੇ ਇੱਕ ਵਾਰੀ
ਉਹ ਆਖਣਗੇ ਤੁਸੀਂ ਇਹ ਜਗ੍ਹਾ ਦੱਸੀ ਨਹੀਂ ਸਾਨੂੰ। ਕੱਲ੍ਹ ਗਿਆ ਮੈਸੇਜ ਆਇਆ ਪਰਸੋਂ ਦਾ, ਮੈਂ ਦੁਬਾਰਾ ਉਸ ਜਗ੍ਹਾ ਦਾ ਨਾਮ ਮੈਨਸ਼ਨ ਕਰੀ, ਆਖਾ ਮੈਂ ਜਦੋਂ ਆਗਾ ਮੈਂ ਇਸ ਜਗ੍ਹਾ ਪਰ ਜ਼ਰੂਰ ਲੈਣਾ, ਮਤਲਬ ਬੜੀ ਬਿਊਟੀਫਿਕੇਸ਼ਨ ਇਸ ਜਗ੍ਹਾ ਦੀ, ਬਿਲਕੁਲ ਰਸਤਾ ਨਿਕਲਾ ਕਰਦਾ ਜੀ 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 ਹਾਂ ਜੀ ਜੀ ਜੀ। ਪਰ ਇੱਕ ਹੁਣ ਜਿਵੇਂ ਅਸੀਂ ਗੱਲ ਕਰਿਆ ਕਰਦੇ ਵੀ ਤੁਸੀਂ ਡੋਗਰੀ ਧੁਨ ਵੀ ਸੁਣਾਈ, ਹਿੰਦੀ ਦਾ ਵੀ ਤੁਸੀਂ ਸੁਣਾਇਆ, ਤੇ ਇੱਕ ਕੋਈ ਅੰਗਰੇਜ਼ੀ ਵੀ ਹੋਈ ਹੈ ਜਿੱਥੇ ਅੰਗਰੇਜ਼ੀ ਤੁਸੀਂ ਸੁਣਾ ਦੇ ਤੇ ਉਹ ਵੀ ਤੁਹਾਨੂੰ ਕੋਈ ਸਾਡੇ ਦਰਸ਼ਕਾਂ ਵਾਸਤੇ? ਮੈਂ ਅੰਗਰੇਜ਼ੀ ਵੀ ਸੁਣਾਉਣਾ ਪਹਿਲੀ ਗੱਲ, ਅੰਗਰੇਜ਼ੀ ਤਾਂ ਇੰਨੀਆਂ ਹੈਨ ਤਾਂ ਬੜੇ ਜ਼ਿਆਦਾ, ਲੇਕਿਨ ਜਿਹੜਾ ਲੋਕਾਂ ਜ਼ਿਆਦਾ ਸੁਣਦਾ ਉਹਨਾਂ ਨੂੰ ਕੋਈ ਸੁਣਾਉਣਾ। ਤੁਸੀਂ ਪਤਾ ਇੱਕ ਟਾਈਟੈਨਿਕ ਇੱਕ ਮੂਵੀ ਆਈ ਸੀ, ਉਹਦੇ 'ਚ ਫਲਿਊਟ ਵੱਜਦੀ ਹੈ, ਮੈਂ ਉਹਦਾ ਵਜਾਉਂਦਾ ਸਾਰਾ, ਮੈਂ ਵਾਰ ਵਾਰ ਇਹ ਬੰਸਰੀ ਮੇਰੇ ਹੱਥ ਆਉਂਦੀ ਕਿ ਮੇਰੀ ਬੜੀ ਫੇਵਰੇਟ ਹੈ, ਇਸੇ ਮੈਂ ਵੀ ਅੱਗੇ ਵਜਾ। ਉਹਦੇ ਬੜੀ ਕੋਈ ਉਹ ਨਹੀਂ ਹੈ, ਜੀਆਂ ਇਹ ਮਹਿੰਗੀਆਂ ਬਣੇ, ਦੋ ਦੋ ਤਿੰਨ ਤਿੰਨ ਹਜ਼ਾਰ ਦੀ ਬੰਸਰੀ ਹੈ, ਮੈਂ 30 ਰੁਪਏ ਦੀ 50 ਰੁਪਏ ਦੀ। ਸਮਾਂ ਬਚੇ ਦਾ ਕਿ ਅਸੀਂ ਸੁਣਦੇ ਘਰੋਂ ਚ ਗੱਲਾਂ ਬਾਅਦ 'ਚ ਕਰ ਲੈ ਚ, ਪਰ ਗੱਲਾਂ ਵੀ ਬੜੀਆਂ ਜ਼ਰੂਰੀ ਹਨ। ਹੁਣ ਇੱਕ ਖਾਸ ਕਰੀਏ, ਜਿਵੇਂ ਤੁਸੀਂ ਮਤੇ ਸਾਰੇ ਬੱਚੇ ਕੀ ਆਪਣੀ ਦੀਕਸ਼ਾ ਦੇਈ ਹੈ, ਉਹ ਬੱਚੇ ਅੱਜ ਬਾਲੀਵੁੱਡ 'ਚ ਵੀ ਜਿਵੇਂ ਆਪਣੇ ਲੈ ਉਹ ਕੋਸ਼ਿਸ਼ ਕਰਿਆ ਕਰਦੇ, ਆਪਣੀ ਪਰਫਾਰਮੈਂਸ ਦਿਆ ਕਰਦੇ, ਅਤੇ ਕੋਈ ਸਰਕਾਰ ਦੀ ਤਰਫਾਂ ਜਿਵੇਂ ਕੋਈ ਅਸੀਂ ਦੇਖਦੇ ਹਾਂ ਕਿ ਕਈ ਵਾਰੀ ਕੋਈ ਪ੍ਰੋਤਸਾਹਨ ਦੇਣ ਵਾਸਤੇ ਕੋਈ ਅਵਾਰਡ ਮਿਲਦਾ, ਕੋਈ ਕੁਛ ਮਿਲਦਾ, ਮੇਰੇ ਖਿਆਲ 'ਚ ਸਾਡੇ ਵੈਸੇ ਇੱਥੇ ਡੋਗਰੀ ਕੋਈ ਪੁੱਛਦਾ ਨਹੀਂ, ਇੱਥੇ ਨਹੀਂ, ਇੱਥੇ ਤਾਂ ਲੱਤ ਖਿੱਚਣ ਵਾਲੇ ਮਤਲਬ ਹੀ ਨਹੀਂ। ਕੋਈ ਐਸਾ ਕੋਈ ਕਦੇ ਮੌਕਾ ਆਇਆ ਕਿਸੇ ਨੇ, ਸੰਸਥਾ ਨੇ ਜਾਂ ਕੋਈ ਸਰਕਾਰ ਨੇ ਕਦੇ ਕੋਈ ਅਵਾਰਡ ਦਿੱਤਾ? ਦੇਖੋ ਲੋਕ ਤਾਂ ਵਿਚਾਰੇ ਬੜਾ ਇਰਖ ਕਰਦੇ ਮੇਰੇ ਕੰਨੇ, ਪਰ ਉਹਦੀਆਂ ਵੀ ਆਪਣੀਆਂ ਮਜ਼ਬੂਰੀਆਂ ਨੇ। ਮੈਂ ਚਾਹੁੰਦਾ ਕਿ ਕਿਸੇ ਆਖੀਏ ਪਿੱਛੇ ਪਈਏ ਕਰੀਏ, ਜਿਸ ਨੇ ਕਿਸੇ ਨੇ ਅਗਰ ਦੇਣਾ ਹੋਵੇ ਨਾ ਤਾਂ ਉਹ ਮੇਰੀ ਕਲਾ ਦਿਖੀ ਹੈ, ਅਗਰ ਉਸ ਲੱਗਾ ਕਿ ਇਸ ਬੰਦੇ ਨੇ 35 ਸਾਲ ਅਗਰ ਇੱਥੇ ਸਾਡੇ ਇੱਥੇ ਜੰਮੂ ਦੇ ਲੋਕਾਂ ਦੀ ਸੇਵਾ ਕੀਤੀ। ਦੇਖੋ 35 ਸਾਲ 'ਚ ਇੰਨੇ ਬੱਚੇ ਹੀ ਸਿਖਾਉਣਾ, ਜਿਹੜੇ ਬੱਚੇ ਗਲਤ ਦਿਸ਼ਾ 'ਚ ਜਾ ਰਹੇ ਉਹ ਸਾਡੇ ਕੰਨੇ ਜੁੜੀਏ ਨਾ, ਤਾਂ ਮਿਊਜ਼ੀਕਲ ਉਹਦਾ ਬ੍ਰੇਨ ਹੈ ਉਹ ਜਿਹਾ ਬਣੀ ਜਾਂਦਾ। ਅਦਰਵਾਈਜ਼ ਮੇਰੇ ਕੋਲ ਇੱਕ ਲੜਕਾ ਆਉਂਦਾ ਸਰ, ਉਹ ਬੜਾ ਬਦਮਾਸ਼ ਆ, ਬੁਲੇਟ ਲਈਏ ਉਹਨੇ ਮੇਰੇ ਕੋਲ ਆਉਣਾ, ਮੇਰੇ ਨਾਲ ਗੱਲ ਕਰਨੀ, ਤਾਂ ਉਹਦੀ ਬਾਡੀ ਲੈਂਗੁਏਜ ਵੀ ਇੰਨੀਆਂ ਸੀ, ਤਾਂ ਮਿਕੀ ਅੰਦਰਾਂ ਬੜਾ ਇੰਨਾ ਲੱਗਣਾ, ਮੈਂ ਯਾਰ ਇਹ ਬੰਦਾ ਦਾੜੇ ਕੰਨੇ ਸਿੱਖਣਾ ਚਾਹੁੰਦਾ ਮੇਰੇ ਕੰਨੇ। ਉਹ ਇੱਕ ਵਾਰੀ ਆਇਆ, ਦੋ ਵਾਰੀ, ਮੈਂ ਇੱਕ ਵਾਰੀ ਆਖਿਆ, ਮੈਂ ਯਾਰ ਤੂੰ ਹਰ ਵਾਰੀ ਆਉਣਾ ਮੇਰੇ ਕੋਲ, ਤੂੰ ਸਿੱਖਿਆ ਨਹੀਂ ਹੈ, ਅਤੇ ਨਹੀਂ ਮੈਂ ਸਿੱਖਣਾ ਸਰ, ਮੈਂ ਆ ਜਾਣਾ ਸ਼ੁਰੂ ਕਰਨਾ। ਐਨੀਵੇ ਉਹਨੇ ਸ਼ੁਰੂ ਕੀਤਾ ਸਰ, ਇਸ ਵੇਲੇ ਉਹ ਪਰਮੇਸ਼ਵਰ ਸ਼ਰਮਾ ਉਹਦਾ ਨਾਂ ਹੈ, ਮਤਲਬ ਜਿਸ ਆਖਦੇ ਨਾ ਡਾਊਨ ਟੂ ਅਰਥ, ਉਹ ਵੀ ਸਿਖਾ ਦਾ,
ਉਹ ਸਮਝ ਲਓ ਕਿ ਮੈਂ ਮੇਰਾ ਡੁਪਲੀਕੇਟ ਹੈ, ਉਹਨੇ ਵੀ ਬੜੇ ਸਟੂਡੈਂਟਸ ਕੀ ਤਿਆਰ ਕੀਤਾ, ਉਹ ਅੱਜ ਤੱਕ ਮਤਲਬ ਜਿੱਥੇ ਕੁਤੇ ਲੱਭਣਾ ਨਾ ਮੇਰੇ ਪੈਰਿਆਂ ਹੱਥ ਲਾਉਣਾ, ਮੇਰੇ ਗਲੇ ਮਿਲੇ, ਮਤਲਬ ਗੁਰੂ ਦੀ ਰਿਸਪੈਕਟ। ਮੈਂ 4-5 ਬੱਚਿਆਂ ਦੇ ਨਾਂ ਲੈ ਗਿਆ ਜਿਹੜੇ ਮੇਰੇ ਗਣੇ। ਇੱਕ ਰਫੀਕ ਲੜਕਾ ਹੈ, ਉਹ ਵੀ ਬੜਾ ਅੱਛਾ ਪ੍ਰੋਫੈਸ਼ਨਲ ਹੈ, ਉਹ ਹੋਟਲਿੰਗ 'ਚ ਵੀ ਆਉਂਦਾ। ਰਫੀਕ ਹੈ, ਪਰਮੇਸ਼ਵਰ ਹੈ, ਹੋਰ ਵੀ ਬੜੇ ਨੇ। ਹੁਣ ਮੈਂ ਇੱਕ ਕਿਸੇ ਦਾ ਨਾਂ ਲੈ ਗਿਆ, ਇਹ ਮੇਰੇ ਫੇਵਰੇਟ ਬੰਦੇ ਨੇ ਜਿਹੜੇ ਮਤਲਬ ਆਪਣੀ ਜਿਹੀਆਂ ਮੇਰੇ ਅੱਗੇ ਹੀ ਆਪਣੀ ਜਾਨ ਛੱਡੋ ਦੇ ਕੇ ਸਾਰੇ ਜੀ। ਇਹ ਆਈ ਬਈ ਜਿਹਨੇ ਗੁਰੂ ਦੀਕਸ਼ਾ ਤੁਹਾਡਾ ਲਈ, ਉਹ ਮਾਣ ਸਨਮਾਨ ਕਰਦੇ ਨੇ ਜੀ। ਕਈ ਵਾਰੀ ਐਸਾ ਹੁੰਦਾ, ਖਾਸ ਕਰੀਏ ਮੈਂ ਦੇਖਣਾ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ, ਕੁਛ ਬੱਚੇ ਦੀਕਸ਼ਾ ਵੀ ਲੈ ਲੈਂਦੇ, ਬਾਅਦ 'ਚ ਜੇ ਲੱਗੋ ਤਾਂ ਉਹਨਾਂ ਨੂੰ ਮੁਕਾਮ ਮਿਲਦਾ ਜੀ, ਤਾਂ ਉਹ ਆਪਣੇ ਗੁਰੂ ਵੀ ਭੁੱਲੀ ਜਾਂਦੇ, ਆਖਦੇ ਜੋ ਕੁਛ ਵੀ ਹੋਇਆ ਸਰ। ਇਹ ਵੀ ਹੋਇਆ ਮੇਰੇ ਕੰਨੇ, ਕੰਟਰੋਵਰਸੀ ਵੀ ਪੈਦਾ ਹੁੰਦੀ ਹੈ। ਇਹ ਹੋਇਆ ਸਰ, ਮੈਂ ਆਸਟ੍ਰੇਲੀਆ ਚਲੀ ਆ ਅਤੇ ਮੈਂ ਉੱਥੇ ਜਾਈਏ ਅਤੇ ਮੇਰਾ ਇੱਕ ਸਟੂਡੈਂਟ ਆ, ਅਸੀਂ ਆਖਿਆ ਯਾਰ ਤੂੰ ਇਹ ਮੇਰਾ ਸਕੂਲ ਚਲਾਉਣਾ, ਮੈਂ ਉਹ ਨਹੀਂ ਹੈ, ਮੇਰਾ ਨਾਂ ਰੋਣਾ ਚਾਹੀਦਾ, ਮੈਂ 35 ਸਾਲ ਦੀ ਤਪੱਸਿਆ ਅਤੇ ਉਹ ਕੋਈ ਨਹੀਂ। ਬੜਾ ਖੁਸ਼ ਹੋਇਆ ਜੀ ਉਹ ਸਰ, ਮੈਂ ਚਲੀ ਆਸਟ੍ਰੇਲੀਆ। 6 ਮਹੀਨੇ ਦੇ ਬਾਅਦ ਆਇਆ ਤਾਂ ਮਾਰੇ ਉਹਦੇ ਤੇਵਰ ਬਦਲੀ ਹੈ, ਆਪ ਜੀ ਇਹ ਇੰਸਟੀਟਿਊਟ ਕਿਸੇ ਹੋਰ ਕੋ ਦੇ ਦਿਓ, ਇਹ ਕਰੋ ਵੋ ਕਰੋ। ਬੜਾ ਦੁੱਖ ਹੋਇਆ, ਮੈਂ ਕੋਈ ਲੜਾਈ ਨਹੀਂ ਕੀਤੀ, ਮੇਰੇ ਬੱਚੇ ਆਖਿਆ ਪਾਪਾ ਪੇਸ਼ੈਂਸ ਰੱਖੋ, ਆਪਕਾ ਫਿਊਚਰ ਯਹਾਂ ਪਿਆ, ਆਪ ਛੋੜੋ ਉਸਕੋ, ਜਿਤਨਾ ਆਪਣੇ ਕੀਆ ਬੜਾ ਕੀਆ, ਆਪ ਇੱਧਰ ਆ ਰਹੇ ਹੋ ਵਾਪਸ, ਆ ਕਿਸ ਕੁਛ ਨਹੀਂ ਬੋਲਣਾ ਉਸਕੋ। ਫਿਰ ਮੈਂ ਅਸੀਂ ਸਮਝਾਇਆ ਸਾਰੀ ਗੱਲਬਾਤ ਕੀਤੀ, ਲੇਕਿਨ ਉਹ ਇੱਕਦਮ ਐਡਮੈਂਟ ਹੋਈ ਜਾਂਦਾ ਕਿ ਮੈਂ ਨਹੀਂ ਛੱਡਣਾ, ਮੈਂ ਆਪਣੇ ਬੋਰਡ ਚੁੱਕੇ ਸਮਾਨ ਚੁੱਕੇ, ਮੈਂ ਬੇਟਾ ਆਪਣਾ ਤੂੰ ਕਰ, ਆਪਣੇ ਨਾਂ ਦਾ ਕਰ, ਤੂੰ ਮੇਰਾ ਨਾਂ ਲਈਏ ਅਤੇ ਤੁਸੀਂ ਸਟੂਡੈਂਟਸ ਆਏ ਦਿਨ, ਹੁਣ ਤੂੰ ਆਪਣਾ ਨਾਂ ਤੂੰ ਕਰਨਾ, ਮੈਂ ਕਰ। ਉਹਦੇ ਬਾਅਦ ਮੈਂ ਪਤਾ ਵੀ ਨਹੀਂ ਕੀਤਾ ਕਿੱਥੇ ਹੈ ਕੀ ਨਹੀਂ ਹੈ, ਮੈਂ ਛੱਡ ਹੋਇਆ ਸਭ ਕੁਛ, ਮੈਂ ਆਪਣੇ ਬੈਠੋ, ਮੈਂ ਤਸੱਲੀ ਕਰਨੇ ਬੈਠਾ, ਆਰਾਮ ਕਰਨੇ ਬੈਠਦਾ, ਅਸੀਂ ਅੱਗੇ ਨਿਕਲਣਾ, ਪਿੱਛੇ ਦੇਖਣਾ ਨਹੀਂ ਹੁਣ। ਬਿਲਕੁਲ, ਜਿਹੜੇ ਹਾਂਜੀ ਸ਼ਿਸ਼ੇ ਅਗਰ ਐਸਾ ਕਰਦੇ ਨਾ, ਉਹ ਉੱਥੋਂ ਤੋਂ ਕਰਕੇ ਸੀਮਤ ਰਹਿੰਦੇ, ਅੱਗੇ ਉਹ ਵਧ ਨਹੀਂ ਸਕਦੇ। ਅਗਰ ਅੱਜ ਉਹ ਗੁਰੂ ਕੰਨੇ ਧੋਖਾ ਕਰਾ ਤਾਂ ਕੱਲ੍ਹ ਉਹਦੇ ਕੰਨੇ ਵੀ ਧੋਖਾ। ਬਿਲਕੁਲ ਬਿਲਕੁਲ, ਜਿਹੜੀ ਕਹੋਗੇ ਜਿਹੜੀ ਸਿੱਖਿਆ ਉਹਨੇ ਲਈ ਹੈ ਅਤੇ ਅੱਗੇ ਉਹ ਇਸਤੇਮਾਲ ਕਰਾ, ਜਿਹੜੀ ਸਿੱਖਿਆ ਉਹ ਦਿਆ ਤਾਂ ਉਹਦਾ ਇੱਕ ਖਾਸ ਕਰੀਆ। ਹੁਣ ਅਸੀਂ ਡੋਗਰੀ 'ਚ ਗੱਲ ਗੱਲਬਾਤ ਕਰਾ ਦਿੰਦੇ, ਡੋਗਰੀ ਦੇ ਸੰਗੀਤ ਦਾ ਉੱਪਰ ਜਿਹੜਾ ਗੱਲ ਚੱਲਦੀ ਹੈ, ਅਤੇ ਅਸੀਂ ਇੱਕਿਆ ਜੇ ਤੁਹਾਨੂੰ ਸੁਣੀਏ ਬੜੀ ਸਾਰੀਆਂ ਤੁਹਾਨੂੰ ਨਾਲ, ਲਤਾ ਮੰਗੇਸ਼ਕਰ ਨਾ ਬੜੇ ਸੁਣਦੇ, ਬੜੇ 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 ਗਾਣੇ ਲਤਾ ਮੰਗੇਸ਼ਕਰ ਦੇ, ਕੋਈ ਐਸਾ? ਹਾਂ, ਮੈਂ ਤੁਸੀਂ ਲਤਾ ਮੰਗੇਸ਼ਕਰ ਦਾ ਗਾਣਾ ਸੁਣਨਾ ਇੱਕ, ਤੁਸੀਂ ਕਿ ਅਸੀਂ ਦੇਖਦੇ ਹਾਂ ਕਿ ਲਤਾ ਔਰ ਮਤਲਬ ਕਿ ਸਵਰੇ ਦੀ ਉਹਨੇ ਉਪਾਧੀ ਮਿਲੀ, ਕੋਇਲ ਹੈ ਉਹ ਸਵੈਮ ਕੋਇਲ ਦਾ ਸਰੂਪ ਉਹ ਗਾਉਂਦੀ ਨੇ। ਬਿਲਕੁਲ ਬਿਲਕੁਲ, ਅਤੇ ਉਹ ਜਿਸ ਵੀ ਭਾਸ਼ਾ 'ਚ ਗਾਣ ਉਸ ਭਾਸ਼ਾ 'ਚ ਉਹਦਾ ਜਿਹੜੀ ਅਸੀਂ ਦੇਖਦੇ ਹਾਂ ਭਈ ਪ੍ਰੋਨਾਂਸੀਏਸ਼ਨ ਜਿਹੜੀ ਹੈ, ਉਚਾਰਨ ਸ਼ਬਦਾਵਲੀ ਦੀ ਮਤਲਬ ਗਾਇਨ ਦੇ ਵਿੱਚ ਉਹ ਪਰਫੈਕਟ ਹੁੰਦੀ ਹੈ। ਡੋਗਰੀ 'ਚ ਜਿਹੀਆਂ ਗਾਏ
ਨਿਕੜੇ ਫੰਗੜ ਤੇ ਮੇਰੇ ਖਿਆਲ ਸਾਡਾ ਕੋਈ ਡੋਗਰੀ ਗਾ ਤੇ ਸ਼ਾਇਦ ਵਿੱਚ ਫੰਬਲ ਹੋਈ ਆ, ਪਰ ਉਹਨੇ ਕੋਈ ਨੀ ਕੀਤਾ, ਪੱਲਾ ਛਪਾਈਆ ਡੋਗਰਿਆ ਜੀ 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 ਬੜੇ ਸੋਹਣੇ। ਕੈਸਾ ਮਤਲਬ ਕਿ ਐਸੇ ਕਲਾਕਾਰ ਦੀ ਫੇਸਬੁੱਕ ਚ ਇੰਸਟਾ ਚ ਮੈਂ ਆਪਣੇ ਗਾਣੇ ਪਾਉਂਦਾ ਹੁੰਦਾ, ਫਿਰ ਵੀ ਬੜੇ ਲੋਕ ਆਖਿਆ ਮਹਾਰਾਜ ਤੁਸੀਂ ਜੰਮੂ ਦਾ ਬਾਹਰ ਵੀ ਨਿਕਲੋ, ਜੰਮੂ ਚ ਗੇ ਬੈਠੇ ਦਿਓ। ਤੇ ਹੁਣ ਸਰ ਮੈਂ ਕੀਤਾ ਕਿ 3 ਮਹੀਨੇ ਪਹਿਲੇ ਮੈਂ ਇੱਕ ਆਪਣਾ ਯੂਟਿਊਬ ਚੈਨਲ ਬਣਾਇਆ ਤੇ ਉਹਦਾ ਨਾਂ ਹਾਂ ਮੈਂ ਦਰਸ਼ਕਾਂ ਦੱਸਿਓ ਨਾ, ਬਿਲਕੁਲ ਪਤਾ ਹੋਣਾ ਚਾਹੀਦਾ, @ ਨਰੇਸ਼ ਫਲਿਊਟ ਇਹ ਮੇਰਾ ਚੈਨਲ ਦਾ ਨਾਂ ਹੈ। ਤੇ ਉਹਦੇ ਵਿੱਚ ਮੈਂ ਕੀਤਾ ਪਹਾੜੀ ਬੰਸਰੀਆਂ ਜ਼ਿਆਦਾ ਮੈਂ ਉਹ ਕਰਨਾ, ਅਤੇ ਉਹ ਬਾਹਰ ਦੇ ਲੋਕ ਬੜਾ ਮੈਂ ਸਰ ਤੁਸੀਂ ਯਕੀਨ ਕਰਕੇ ਕਿਸੇ ਬੰਦੇ ਨੇ ਕੀ ਕੀਤਾ ਮੇਰੀ ਇੱਕ ਫਲਿਊਟ ਹੀ ਜਿਹੜੀ ਕੋਈ 60 ਲੱਖ ਉਹਦੇ ਵਿਊਜ਼ ਕ੍ਰਾਸ ਹੋਈ ਹੈ। ਮੈਂ ਦੇਖਿਆ ਮੈਂ ਯਾਰ ਮੇਰੇ 'ਤੇ ਕੋਈ 4-5 ਹਜ਼ਾਰ ਬੰਦੇ ਨੇ, ਇਹ 60 ਲੱਖ ਕਿੱਥੋਂ ਆਈ ਹੈ? ਜਿਲ੍ਹੇ ਮੈਂ ਉੱਪਰ ਪੜਿਆ ਕਿਸੇ ਬੰਦੇ ਨੇ ਕੀ ਕੀਤਾ ਮੇਰੀ ਫਲਿਊਟ ਕੱਢੀ ਹੈ, ਉਹਦੇ ਉੱਪਰ ਲਿਖ ਉੜਿਆ ਉੱਤਰਾਖੰਡੀ ਫਲਿਊਟ ਆਪਣੀ ਉੱਧਰ ਦੀ, ਔਰ ਉਹ 60 ਲੱਖ ਵਿਊਜ਼ ਗਿਦੇ। ਅਤੇ ਮੈਂ ਉਹਨਾਂ ਦਿਨ ਕਰੋਨਾ ਹਾਂ, ਮੈਂ ਘਰ ਬਹਿਲਾ ਬੈਠਾ ਮੈਂ ਦੇਖਦਾ ਰਿਹਾ, ਮੈਂ ਬੜੇ ਬੰਦੇ ਆਖਿਆ ਨਰੇ ਜੀ ਆਪਕੀ ਫਲਿਊਟ ਵਹਾਂ ਪੇ ਚਲੀ ਗਈ, ਆਪ ਕਿਆ ਕਰ ਰਹੇ ਹੋ, ਚੈਨਲ ਉਸਕਾ ਬੰਦ ਕਰੋ। ਮੈਂ ਕਿਹਾ ਪਹਿਲੇ ਲੋਕਾਂ ਗੱਲ ਸੁਣ, ਗੱਲ ਇਹ ਆ ਆਊਂ ਆ ਲੋਕਲ ਇੱਥੋਂ ਨਹੀਂ, ਕੋਈ ਪੈਸੇ ਦੀ ਭੁੱਖ ਨਹੀਂ ਕੱਖ ਨਹੀਂ ਆ, ਮੈਂ ਬੰਸਰੀ 60 ਲੱਖ ਹੋਈ ਹੈ ਵਿਊਜ਼ ਤੁਸੀਂ ਯਾਦ ਹੈ, ਉਹ ਪੈਸੇ ਕਮਾ ਦੇ ਨਾ, ਸ਼ਕਲ ਮੇਰੀ ਹੈ ਬਾਜ਼ਾਰ ਆਊਂ, ਕਮੈਂਟ ਸਾਰੇ ਮਿਕੀ ਆਵਾਦ ਹੈ। ਇਵੇਂ ਕਿ ਸਾਡੇ ਇੱਕ ਹੋਰ ਚੈਨਲ ਹਾਂ ਅਤੇ ਉਹ ਉਸਨੇ ਵੀ ਕਿਤੇ ਮੇਰੀ ਫਲਿਊਟ ਗਿਆ ਕਰੂੜੀ ਬਾਰੇ, ਸਾਨੂੰ ਪਤਾ ਕਿ ਨਹੀਂ, ਮੈਂ ਯੂਟਿਊਬ 'ਚ ਆਉਂਦਾ ਕਿ ਨਹੀਂ, ਉਸਨੇ ਵੀ ਮੇਰੀ ਵੀ ਯੂਟਿਊਬ ਦੇ ਵਿੱਚ ਕਿਹਾ ਮੇਰੇ ਸਟੂਡੈਂਟ ਹੈ ਮੇਰੀ ਫਲਿਊਟਾਂ ਰਿਕਾਰਡ ਕਰੀਏ ਪਾਈ ਉੱਡਦੀਆਂ, ਅਤੇ ਉਹਦੇ ਵੀ 1.5-1.5 ਲੱਖ ਹੋਈ ਦੇ, ਬੜੇ ਦੂਰ ਦੂਰ ਦੇ ਚਲੀ ਦੇ। ਮੈਂ ਹੁਣ 4 ਮਹੀਨੇ ਪਹਿਲੇ 3 ਮਹੀਨੇ ਪਹਿਲੇ ਮੈਂ ਕੀਤਾ, ਮੈਂ ਯਾਰ ਮੈਂ ਆਪੂ ਕੀ ਨਹੀਂ ਕਰਾਂ ਸ਼ੁਰੂ, ਹੁਣ ਥੋੜ੍ਹੀ ਅਵੇਅਰਨੈਸ, ਹੁਣ ਮੇਰੇ ਕੋਲ 3 ਮਹੀਨੇ ਵਿੱਚ ਕਿ ਮੇਰੇ ਕੋਲ 1000 ਮੇਰੇ ਸਬਸਕ੍ਰਾਈਬਰ ਹੋਈ ਹੈ, ਅਤੇ ਮੈਂ ਕਹਿੰਦਾ ਹੁਣ ਦਰਸ਼ਕ ਬੈਠੇ ਦੇ ਤਾਂ ਇਹ ਵੀ ਸੁਣਨਗੇ ਮੈਂ, ਅਤੇ ਜਿਹੜਾ ਵੀ ਕੋਈ ਦਰਸ਼ਕ ਮੇਰੇ ਕੋਲ ਗਾਣਾ ਸੁਣਨਾ ਵੀ ਚਾਹੁੰਦਾ ਨਾ, ਤਾਂ ਯੂਟਿਊਬ ਦੇ ਵਿੱਚ ਮੈਂ ਇੱਕ ਮੈਸੇਜ ਪਾ ਉੜਿਆ, ਮੈਂ ਉਹਦੇ ਨਾਂ ਬੋਲੀ ਉਹਦੇ ਨਾਂ ਦਾ ਗਾਣਾ, ਸਪੈਸ਼ਲੀ ਪਰਟੀਕੁਲਰ ਡੋਗਰੀ ਗਾਣੇ, ਪਹਾੜੀ ਗਾਣੇ। ਬਿਲਕੁਲ ਬਿਲਕੁਲ ਸੱਚ ਹੈ। ਔਰ ਇੱਕ ਖਾਸ ਕਰੀਏ, ਤੁਸੀਂ ਜਿਲ੍ਹਾ ਇਸਕਾਨ ਮੰਦਿਰ ਚੋਂ ਵੀ ਜਾਂਦੇ ਹੋ ਜੀ ਜੀ ਆਸਟ੍ਰੇਲੀਆ 'ਚ ਜੀ, ਉੱਥੇ ਜਿਹੜਾ ਤੁਸੀਂ ਅਲਾਪ ਹੈ ਉਹ ਇੱਕ ਅਲਾਪ ਸਾਡੇ ਦਰਸ਼ਕ ਹਾਂ, ਮੈਂ ਅਲਾਪ ਭਗਵਾਨ ਕਰਨੇ ਵੀ ਤੇ ਥੋੜਾ ਜਿਹਾ ਆਈ ਜੀ ਹਾਂ ਜੀ ਹਾਂ ਜੀ ਉੱਪਰ ਹੁੰਦਾ। ਬਿਲਕੁਲ, ਇਹ ਮੈਂ ਜਸਟ ਇਹ ਸ਼ੁਰੂ ਕਰ ਉੜਿਆ ਅਤੇ ਮਤਲਬ ਬੜਾ ਮਜ਼ਾ ਆਉਂਦਾ ਵਜਾਉਣਾ, ਮੈਂ ਸਵੇਰੇ ਕੋਈ 1.5-2 ਘੰਟਾ ਸਵੇਰੇ ਅਲਾਪ ਵਜਾਉਣਾ ਹੁੰਦਾ ਮੈਂ ਰਾਗਿਆਂ ਦੇ ਉੱਪਰ, ਅਤੇ ਕਈ ਵਾਰੀ ਐਟਮੋਸਫੇਅਰ ਟਾਈਮ ਐਸਾ ਹੁੰਦਾ ਕਿ ਹੋ ਸਕਦਾ ਕਿ ਉੱਥੇ ਉਹ ਸੂਟ ਨਹੀਂ ਕਰਾਦੇ ਹੁਣ, ਨਹੀਂ ਕਰਾਦੇ, ਅਤੇ ਇਹ ਚੀਜ਼ ਹੁੰਦੀ ਹੈ ਕਿ ਮੈਂ ਸਮੇਂ ਸਮੇਂ ਦਾ ਪ੍ਰਭੂ ਮੈਂ ਜਿਸ ਸਮੇਂ ਦਾ ਰਾਗ ਵੀ ਆਸਦਾ, ਬਿਲਕੁਲ 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 ਜੀ, ਰਾਗ ਬਹਿਰ ਵੀ ਹੈ ਤੇ ਕਿਸੇ ਵੇਲੇ ਗਾਣਾ ਤੇ ਜਿਹੜਾ ਦੂਗਾ ਤੇ ਉਹ ਮਤਲਬ ਇੱਕ ਕਲਾਕਾਰ ਹੀ ਜਾਣ ਸਕਦਾ ਜਿਹੜਾ ਕਲਾਸਿਕ ਗਾਉਂਦਾ ਹੋਇਆ ਜਾਂ ਸਿੱਖੇ ਦਾ ਹੋਇਆ, ਬਿਲਕੁਲ, ਤੇ ਜਿਹੜੇ ਅੱਜ ਕੱਲ੍ਹ ਯੂਟਿਊਬ ਕੀ ਦੇਖੀਏ ਫਾਲੋ ਕਰਦੇ ਉਹਨਾਂ ਤੇ ਪਤਾ ਨਹੀਂ ਹੁੰਦਾ, ਅੱਜ ਕੱਲ੍ਹ ਇਹੋ ਜਿਹੀਆਂ ਬਾਥਰੂਮ ਸਿੰਗਰ ਪਹਿਲੇ ਆਉਂਦੇ ਤੇ ਉਹਨਾਂ ਤੇ ਪਤਾ ਨਹੀਂ ਹੁੰਦਾ ਵੀ ਕਿਹੜਾ ਰਾਗ ਕੁੱਲਾ ਗਾਇਆ ਜਾਂਦਾ, ਬਿਲਕੁਲ ਬਿਲਕੁਲ, ਜਿਹਨੇ ਕਲਾਕ ਨੇ ਜੁੜਦਾ ਹੋਇਆ। ਇੱਕ ਚੀਜ਼ ਦਾ ਖਾਸ ਕਰੀਏ, ਅੱਜ ਅਸੀਂ ਦੇਖਿਆ ਕਰਨਾ ਸਾਡੇ
ਕੁਛ ਬੱਚੇ ਨੇ ਉਹ ਡੋਗਰੀ ਕੋਲਾਂ ਵੀ ਦੂਰ ਹਟਦੇ ਜਾ ਰਹੇ ਵੀ ਡੋਗਰੀ ਨਹੀਂ ਬੋਲਣੀ ਗ੍ਰਾਈ ਖਾ ਉਹਨਾਂ ਦਾ। ਅਸੀਂ ਬੜਾ ਪ੍ਰਯਾਸ ਕੀਤਾ, ਤੁਹਾਡੇ ਜਿਹੇ ਕਲਾਕਾਰਾਂ ਪ੍ਰਯਾਸ ਕੀਤਾ, ਹੋਰ ਵੀ ਕੋਸ਼ਿਸ਼ ਕੀਤੀ ਮਤੇ ਸਾਰੇ ਲੋਕਾਂ, ਅੱਜ ਇੱਕ ਬਦਲਾਵ ਲੱਭਾ ਕਰਦਾ। ਅੱਜ ਲੋਕ ਅਗਰ ਯੂਟਿਊਬ ਪਰ ਆਉਂਦੇ ਨੇ, ਸੋਸ਼ਲ ਮੀਡੀਆ ਪਰ ਆਵਾਦੇ, ਮਤਾ ਸਾਰਾ ਕੋਸ਼ਿਸ਼ ਕਰਾ ਦੇ ਕਿ ਡੁਗਰੀ 'ਚ ਆਪਣਾ ਪ੍ਰਯਾਸ ਕਰਨ, ਤਾਂ ਉਹ ਬਦਲਾਵ ਦੇਖੀਏ ਤਾਂ ਲੱਗਦਾ ਨਹੀਂ ਦੁਬਾਰਾ ਇੱਕ ਵਾਰੀ ਪਰਤੀ। ਸਰ ਮੈਂ ਛੋਟੀ ਜਿਹੀ ਇਗਜ਼ਾਮਪਲ ਦੇਣਾ, ਮੈਂ ਆਪਣੇ ਇੰਸਟੀਚਿਊਟ ਦੇ ਵਿੱਚ ਮੇਰੇ ਕੋਲ ਕੋਈ 7-8 ਬੱਚਿਆਂ ਦਾ ਇੱਕ ਗਰੁੱਪ ਆ ਜਿਹੜੇ ਮੇਰੇ ਕੋਲ ਸਿਖਾ ਰਹੇ। ਮੈਂ ਉਹਨੇ ਬੱਚਿਆਂ ਕੀ ਨਾ ਡੋਗਰੀ ਗਾਣੇ, ਤੂੰ ਮੱਲਾ ਤੂੰ ਭਲਾ ਸਪਾਹੀਆ ਧਾਰੇ ਧੂਰਾਂ ਪਈਆਂ, ਉਹ ਨਿੱਕੇ ਨਿੱਕੇ ਬੱਚੇ ਹੀ ਨਾ ਉਹ ਲੈਂਗੁਏਜ ਸੁਣੀ ਨਾ, ਅਤੇ ਉਹਨੇ ਬੜਾ ਅਜੀਬ ਜਿਹਾ ਲੱਗਾ ਦਾ। ਮਹਾਰਾਜ ਉਹਨੇ ਨੱਚੀ ਨੱਚੀ ਇਹ ਗਾਣਾ, ਮੈਂ ਉਹਦੀਆਂ ਵੀਡੀਓ ਬਣਾਈਆਂ, ਮੈਂ ਵੀਡੀਓ ਉਹਦੀਆਂ ਪੋਸਟ ਵੀ ਕੀਤੀਆਂ। ਕੁਛ ਡਾਕਟਰਸ ਦੇ ਬੱਚੇ, ਕੁਛ ਅੱਗੇ ਬੱਚੇ ਹੈ, ਅਤੇ ਇੱਕ ਦੀ ਦਾਦੀ ਆਈ, ਕਹਿੰਦੀ ਬੇਟਾ ਬੜਾ ਅੱਛਾ ਕਰਿਓ, ਇਨਕੋ ਤੋਂ ਘਰ ਮੈਂ ਮਤਲਬ ਕੋਈ ਹੈ ਹੀ ਨਹੀਂ, ਡੋਗਰੀ ਨਹੀਂ ਬੋਲਤਾ ਕੋਈ, ਬੋਲਤਾ ਨਾ ਇਨਕੀ ਮਾਂ ਬੋਲਤੀ ਨਾ ਬਾਪ ਬੋਲਤੀ, ਲੇਕਿਨ ਜੋ ਆਪਣੇ ਗਾਣੇ ਸੁਣਾਏ ਨਾ ਮੇਰੇ ਕੋਲ ਆਪਣਾ ਟਾਈਮ ਯਾਦ ਆ ਗਿਆ, ਇਸੇ ਮਿਲਣਾ ਚਾਹੀਏ ਜੋ ਬੰਦਾ ਸਿਖਾ ਰਿਹਾ। ਅਤੇ ਸਰ ਉਹ ਹੁਣੀ ਮੈਂ ਸਾਰੇ ਡੋਗਰੀ ਗਏ ਪੂਰੇ, ਮਤਲਬ ਇੰਨੀ ਉਹ ਫਿਰ ਉਹਦੇ ਘਰ ਦੇ ਵਿੱਚ ਅੱਗੇ ਪਿੱਛੇ। ਹੁਣ ਤੁਹਾਡੀ ਗੱਲ ਬਿਲਕੁਲ ਸਹੀ ਆਖਦੇ ਕਿ ਇਸ ਵੇਲੇ ਲੋਕਾਂ ਦੀ ਅਵੇਅਰਨੈਸ ਹੋ ਆ ਰਹੀ ਆ, ਸਾਡੇ ਮੁੰਡੇ ਜਿਹੜੇ ਗਿਟਾਰਿਸਟ ਵੱਡੇ ਵੱਡੇ ਬਣੇ ਉਹ ਵੀ ਡੋਗਰੀ 'ਚ ਗਾਣੇ ਕੱਢਾ ਦੇ, ਧਾਰੇ ਧੂਰਾਂ ਪਈਆਂ ਦੂ ਤਰੀ ਗਾਣੇ ਕੱਢਾ ਦੇ, ਬੜਾ ਅੱਛਾ ਲੱਗਦਾ ਫੀਲ ਹੁੰਦਾ। ਸਮੇਂ ਦੀ ਕਮੀ ਹੈ ਜੀ ਜੀ, ਪਰ ਜਾਂਦੇ ਜਾਂਦੇ ਮੈਂ ਚਾਹਾਂ ਇੱਕ ਫਰਤੀ ਕੋਈ ਡੋਗਰੀ ਸ਼ੈਲ ਜਿਹਾ ਕੋਈ ਇੱਕ ਧੁਨਾ ਸੋੜ ਲਾ ਜ਼ਰੂਰ ਸੁਣ ਚਾਹ ਦਰਸ਼ਕ, ਕਿਉਂਕਿ ਡੋਗਰੀ ਇਤਿਹਾਸ ਹੀ ਪਿਆਰੀ ਹੈ ਬਾਈ। ਜੀ 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 ਜੀ, ਮਿੱਠੜੀ ਡੋਗਰੀ ਦੀ ਬੋਲੀ ਤੇ ਕੰਡ ਚੇ ਡੋਗਰੀ ਤੇ ਅਸੀਂ ਕਰਜ਼ੇ ਜਿਹੜਾ ਚੁਕਾਣਾ ਉਹ ਧੁਨ ਤੁਹਾਡੀ ਜਿਹੜੀ ਹੈ। ਮੈਂ ਤੁਹਾਨੂੰ ਇਹੀ ਸੁਣਾਉਣਾ ਫਿਰ, ਮਿੱਠੀ ਹੈ ਡੋਗਰੀ ਦੀ ਬੋਲੀ। ਸੋਹਣਾ। ਇੱਕ ਚੀਜ਼ ਹੋਰ ਨਰੇਸ਼ ਜੀ, ਹੁਣ ਸਮੇਂ ਭਾਵੇਂ ਲੰਘੀ ਆਗ ਪਰ ਅਸੀਂ ਗਿਆਨ ਤੇ ਵੰਡ ਰਹੇ ਹਾਂ। ਇਹ ਬੰਸਰੀ ਜਿਹੜੀ ਹੈ, ਬੰਸਰੀ ਦਾ ਵੀ ਜੀਵਨ ਅਗਰ ਦੇਖਿਆ ਜਾ, ਇਹ ਜ਼ਿਲ੍ਹਾ ਸੇ ਕੋਈ ਭਗਵਾਨ ਕ੍ਰਿਸ਼ਨ ਦੀ ਗੱਲ ਕਰਚੇ, ਪਰ ਉਹਦੀ ਮਤੀਆਂ ਗੋਪੀਆਂ, ਉਹਦੀ ਗੋਪੀਆਂ 'ਚ ਇੱਕ ਗੋਪੀ ਹੈ ਜੀ ਜੀ, ਔਰ ਇਹ ਪਹਿਲੀ ਗੋਪੀ ਹੈ ਸਾਨੂੰ ਸੰਤੇ ਕੋਲ ਸੁਣਨ ਨਹੀਂ ਮਿਲਦਾ ਜਿਹੜੀ 24 ਘੰਟੇ ਭਗਵਾਨ ਕ੍ਰਿਸ਼ਨ ਦੇ ਅੰਗ ਸੰਗ ਰਹਿੰਦੀ। ਰਾਧਾ ਜੀ ਵੀ ਇੰਨਾ ਸੰਗ ਨਹੀਂ ਮਿਲਿਆ, ਰੁਕਮਨੀ ਜਿਹਦੇ ਕੰਨੇ ਪੁਰਾਣੇ ਸੂਤਰ 'ਚ ਬੰਦੇ ਉਹਨੇ ਵੀ 24 ਘੰਟੇ ਦਾ ਸੰਗ ਨਹੀਂ ਮਿਲਿਆ, 24 ਘੰਟੇ ਸੰਗ ਮਿਲਿਆ ਅਤੇ ਬੰਸਰੀ ਕੀ ਮਿਲਿਆ। ਬਿਲਕੁਲ ਬਿਲਕੁਲ, ਅਤੇ ਬੰਸਰੀ ਜੀ ਇੱਕ ਵਾਰੀ ਸੁਣਨੇ ਹੀ ਆਉਂਦਾ ਵੀ ਰੁਕਮਨੀ ਅਤੇ ਰਾਧਾ ਦੋਵੇਂ ਬੰਸਰੀ ਕੋਲ ਚਲੀ ਗਈ ਆ, ਆਖਦੀ ਤੂੰ ਕਿਹੜੇ ਜਨਮੇ ਦਾ ਜਿਹੜਾ ਕੀਤੇ ਦਾ ਜਿਹੜਾ 24 ਘੰਟੇ ਦਾ ਤੁਹਾਨੂੰ ਸੰਗ ਮਿਲਿਆ, ਅਤੇ ਬੰਸਰੀ ਕੀ ਆਖਦੀ, ਬੰਸਰੀ ਆਖਦੀ ਹੈ ਬਰੀ ਜਵਾਨੀ ਸੇ, ਦੁਬਾਰਾ ਕਰ ਰੀਟ, ਬੰਸਰੀ ਆਖਦੀ ਹੈ ਬਰੀ ਜਵਾਨੀ ਮੈਂ ਡਾਲ ਸੇ ਕਟ ਕਰ ਮੁਝਕੋ ਯੁਦਾ ਕੀਆ, ਮੈਨੇ ਉਫ ਤੱਕ ਨਾ ਕੀਆ, ਅਰੇ ਇਤਨਾ ਹੀ ਹੋਤਾ ਤੋ ਸਹਿ ਲੈਤੀ ਮੈਂ ਹੰਸ ਕਰ, ਹੱਦ ਤੋਂ ਤਬ ਹੋ ਗਈ ਜਬ ਤਪਤੀ ਹੋਈ ਲੋਹੇ ਕੇ ਸਲਾਖ ਸੇ
ਮੇਰੇ ਸਰੀਰ ਕਾ ਵੇਦਨ ਕੀਆ। ਕਿਆ ਬਾਤ ਹੈ। ਅਰੇ ਇਤਨਾ ਏਕ ਬਾਰ ਹੀ ਹੋਤਾ ਤੋ ਫਿਰ ਵੀ ਸਹਿ ਲੇਤੀ, ਉਸੀ ਤਪਤੀ ਹੋਈ ਲੋਹੇ ਕੀ ਸਲਾਖ ਸੇ ਨੌ ਵਾਰ ਪੂਰਾ ਮੇਰਾ ਵੇਦਨ ਹੁਆ। ਮੈਂ ਆਪਣੇ ਸਾਰੇ ਦਰਦ ਕੋ ਆਪਣੇ ਅੰਦਰ ਸਮੇਟ ਕੇ ਉਸ ਪਲ ਕਾ ਇੰਤਜ਼ਾਰ ਕਰਤੀ ਰਹੀ, ਕਬ ਕਾਨਾ ਮੁਝੇ ਹੋਠੋਂ ਸੇ ਲਗਾਏ, ਮੇਰਾ ਦਰਦ ਸੰਗੀਤ ਬਣਕਰ ਫਿਜ਼ਾ ਮੈਂ ਝੂਮ ਉੱਠੇ। ਆਖਦੇ ਨੇ ਵੀ ਜਿਸ ਲੈ ਅੰਦਰ ਦਰਦ ਹੋਇਆ, ਤਕਲੀਫ ਹੋਇਆ, ਉਹਦੇ ਹੋਠਿਆਂ ਪਰ ਪ੍ਰਭੂ ਦਾ ਰਾਮ ਨਾਮ ਹੁੰਦਾ, ਤੇ ਉਹ ਸਿਖਾਇਆ ਕੁਨ ਬੰਸਰੀ ਨੇ, ਬੰਸਰੀ ਨੇ ਆਪਣਾ ਦਰਦ ਸਮੇਟਿਆ। ਜੀ ਜੀ ਜੀ। ਪਰ ਆਹਦੇ ਵਿੱਚ ਜਿਲ੍ਹੇ ਕਾਨਾਂ ਨੇ ਕੰਨੇ ਹੋਠੇ ਕੰਨੇ ਲਾਇਆ ਤੇ ਉਹ ਸੰਗੀਤ ਬਣਿਆ। ਬਿਲਕੁਲ। ਤੇ ਅੱਜ ਵੀ ਜਿਲ੍ਹੇ ਸਾਡੇ ਅੰਦਰ ਕੋਈ ਦਰਦ ਤਕਲੀਫ ਹੋਇਆ ਕੁਛ ਹੈ ਤੇ ਭਗਵਾਨ ਚੇਤਾ ਹੁੰਦੇ। ਬਿਲਕੁਲ ਬਿਲਕੁਲ। ਬੰਸਰੀ ਦਾ ਬੜਾ ਵੱਡਾ, ਬੰਸਰੀ ਦਾ ਸਾਰੇ ਇੱਕ ਐਸਾ ਇੰਸਟਰੂਮੈਂਟ ਹੈ ਕਿ ਸਾਡਾ ਅਗਰ ਮੂਡ ਕੋਈ ਅਗਰ ਸੈਡ ਹੋ ਨਾ, ਤਾਂ ਅਗਰ ਸੈਡ ਬੰਸਰੀ ਵਜਾ ਕੇ ਨਾ, ਉਹਦੇ 'ਚ ਇੰਨੀ ਕ੍ਰੀਏਟੀਵਿਟੀ ਹੁੰਦੀ ਕਿ ਤੁਸੀਂ ਬੜੀ ਡੈਪਥ ਤੱਕ ਲੈ ਜਾਂਦੀ ਹੈ। ਅਗਰ ਖੁਸ਼ ਹੋ ਗਏ ਤਾਂ ਅਸੀਂ ਲਾਈਟ ਫਲੂਟ ਵਜਾਉਂਦੇ, ਪਹਾੜੀ ਫਲੂਟ ਵਜਾਉਂਦੇ, ਦੂਈ ਵਜਾਉਂਦੇ, ਬੜੇ ਖੁਸ਼ ਹੁੰਦੇ। ਕ੍ਰੀਏਟੀਵਿਟੀ ਹੈ ਨਾ ਇਹਦੇ ਵਿੱਚ, ਜਿੰਨਾ ਤੁਸੀਂ ਜਿਸ ਜਿੱਥੇ ਮਰਜ਼ੀ ਤੁਸੀਂ ਆਪਣੇ ਆਪ ਕੇ ਕਰੀ ਲਓ, ਉਹ ਚੱਲੀ ਜਾਂਦਾ ਉਸੇ। ਅਤੇ ਇਹ ਹੈ ਕਿ ਮੈਂ ਭਗਵਾਨ ਦੇ ਅੱਗੇ ਮੱਥਾ ਟੇਕਣਾ, ਇਹ ਪਰਮਾਤਮਾ ਮੇਰਾ ਇਹ ਜਨਮ ਤਾਂ ਬੜਾ ਸਫਲ ਹੈ, ਮੀ ਜਿਹੜਾ ਭਗਵਾਨ ਨੇ ਮੀ ਇੰਸਟਰੂਮੈਂਟ ਕਰਨੇ ਬਖਸ਼ਿਆ, ਅਤੇ ਮੈਂ ਚਾਹੁੰਦਾ ਮੇਰਾ ਅਗਲਾ ਜਨਮ ਵੀ ਹੋਊਗਾ ਨਾ, ਜਿਹੜਾ ਮੈਂ ਕਿਸੇ ਸੰਗੀਤਕਾਰ ਦੇ ਘਰ ਗਿਆ ਪੈਦਾ ਹੋਵਾਂ, ਅਤੇ ਮੀ ਸੰਗੀਤ ਦੀ ਗਏ, ਮਤਲਬ ਮੈਂ ਕਹਿੰਦਾ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਇਹੀ ਹੈ ਜਿਹੜਾ ਆਰਟਿਸਟ ਆਦਮੀ। ਬਿਲਕੁਲ। ਮਨ ਦੀ ਸੈਟਿਸਫੈਕਸ਼ਨ ਜਿਹੜੀ ਇਹਦੇ 'ਚ ਗਿਆ ਸਾਰੇ। ਅਤੇ ਆਉਣ ਵਾਲੀ ਪੀੜ੍ਹੀ ਸਾਡੀ ਨਵੀਂ, ਉਹਨੇ ਕੋਈ ਸੁਣਿਆ? ਮੈਂ ਆਉਣ ਵਾਲੇ ਬੱਚੇ ਇਹੀ ਆਖਣਾ ਕਿ ਬੱਚੋ, ਅਗਰ ਤੁਹਾਡਾ ਸੰਗੀਤ ਦੇ ਵਿੱਚ ਇੰਟਰਸਟ ਹੈ ਤਾਂ ਤੁਸੀਂ ਮਤਲਬ ਕਿ ਪੇਸ਼ੈਂਸ ਰੱਖੀਏ, ਤਾਂ ਕੋਈ ਵੀ ਇੰਸਟਰੂਮੈਂਟ ਕਰੋ, ਤੁਹਾਡਾ ਕੋਲ ਟਾਈਮ ਮੰਗਣਾ ਉਹਨੇ, ਮਿਹਨਤ ਮੰਗਣੀ ਉਹਨੇ ਤੁਹਾਡੇ ਕੋਲੋਂ, ਅਤੇ ਤੁਸੀਂ ਸੀ ਮਿਹਨਤ ਕਰਨੇ ਕੰਮ ਕਰੋ, ਗਾਈਡਲਾਈਨ ਲਓ ਕਿਸੇ ਕੋਲ ਸਿੱਖਣ, ਮੇਰੇ ਕੋਲ ਕੋਈ ਜ਼ਰੂਰਤ ਪੈਂਦੀ ਹੈ ਤਾਂ ਮੈਂ ਤੁਸੀਂ ਗਾਈਡ ਕਰਨਾ, ਚਾਹੇ ਫਲਿਊਟ ਹੋਏ ਚਾਹੇ ਗਿਟਾਰ ਹੋਏ। ਅਤੇ ਇਹ ਹੈ ਕਿ ਥੋੜ੍ਹੀ ਪੇਸ਼ੈਂਸ ਰੱਖੀਏ, ਔਰ ਇਸ ਸੰਗੀਤ ਦੇ ਕੰਨੇ ਤੁਸੀਂ ਅੱਗੇ ਨਿਕਲਦੇ ਜਾ ਕੇ ਤੁਸੀਂ ਕੋਈ ਸਟ੍ਰੈਸ ਨਹੀਂ ਰੋਣਾ ਤੁਹਾਡੀ ਲਾਈਫ ਦੇ ਵਿੱਚ, ਮਤਲਬ ਖੁਸ਼ ਰੋਗਿਓ ਤੁਸੀਂ ਅਗਰ ਸੰਗੀਤ ਤੁਹਾਡੇ ਕੰਨੇ। ਮੈਂ ਤਾਂ ਬੜੇ ਲੋਕ ਦੇਖੇ ਜਿਹੜੇ ਸੰਗੀਤ ਕੰਨੇ ਜੁੜਦੇ ਨੇ, ਉਹ ਖੁਸ਼ ਨੇ ਆਪਣੇ ਮਤਲਬ ਦੇ ਕੰਨੇ, ਔਰ ਇਹ ਦੁਨੀਆਂ ਦਾ ਸਾੜੀ ਜੀ। ਹਾਂਜੀ ਹਾਂਜੀ। ਅਖੀਰ ਦੇ ਵਿੱਚ ਨਰੇਸ਼ ਜੀ, ਮੈਂ ਚਾਹਾਂਗਾ ਕਿ ਅਗਰ ਜੋ ਸਾਡੇ ਦਰਸ਼ਕ ਦੇਖਿਆ ਕਰਦੇ ਨੇ, ਕਿਸੇ ਨੇ ਸਿੱਖਣਾ ਹੋਵੇ ਤਾਂ ਤੁਹਾਡਾ ਜਿਹੜਾ ਇੰਸਟੀਚਿਊਟ ਹੈ ਉਹਦਾ ਕੀ ਨਾਂ ਹੈ, ਬੱਚੇ ਹੀ ਆਪਣਾ ਐਡਰੈਸ? ਸਰ ਮੈਂ ਐਕਚੁਅਲੀ ਕਿਹਾ ਹੈ ਕਿ ਉਹ ਮੈਂ ਤੁਸੀਂ ਸੁਣਾਈ ਇੱਕ ਘਟਨਾ ਜਿਹੜੀ ਉਹੀ ਮੇਰਾ ਇੰਸਟੀਚਿਊਟ ਹੈ, ਕੋਈ ਟੇਕ ਓਵਰ ਕਰੀ ਹੈ ਉਸੇ, ਅਤੇ ਉਹਦੇ ਬਾਅਦ ਕੀ ਕੀਤਾ ਕਿ ਮੈਂ ਮੇਰੇ ਬੱਚੇ ਵੀ ਆਖਣੇ ਕਿ ਪਾਪਾ ਆਪਣੇ ਬੜਾ ਸਿਖਾਈ 35-37 ਸਾਲ ਹੋ ਗਏ ਸਿਖਾਤੇ ਹੋਏ। ਮੈਂ ਵੀ ਉਹਦੇ ਬਾਅਦ ਕੀ ਕੀਤਾ ਕਿ ਮੈਂ ਫਲਿਊਟ ਦੇ ਉੱਪਰ ਜ਼ਿਆਦਾ ਫੋਕਸ ਕੀਤਾ, ਅਤੇ ਮੇਰੀ ਫਲਿਊਟ ਦੇ ਵਿੱਚ ਮਿਗੀ ਇੰਨਾ ਮੀ ਯਕੀਨ ਹੈ ਕਿ ਮੈਂ ਇੱਥੇ ਤੱਕ ਪੁੱਜੀ ਹੈਗਾ। ਹੁਣ ਮੈਂ ਕਲਾਸੀਕਲ ਫਲਿਊਟ ਬਿਆਨ ਸਾਰੇ ਬਿਆਨ ਵੀ ਬੜਾ ਆਉਂਦਾ, ਅਗਰ ਕਿਸੇ ਨੇ ਅਗਰ ਸਿੱਖਣਾ ਵੀ ਹੈ ਨਾ, ਮੀ ਪਰਸਨਲੀ ਕੰਟੈਕਟ ਕਰ ਲੈਣ, ਅਤੇ ਮੇਰਾ ਯੂਟਿਊਬ ਚੈਨਲ ਤੁਸੀਂ ਦੱਸੋੜਿਆ, ਫੋਨ ਨੰਬਰ ਵੀ ਉਹਦੇ ਵਿੱਚ ਪੈਦਾ, ਕੋਈ ਅਗਰ ਫਲਿਊਟ ਸਿੱਖਣਾ ਵੀ ਚਾਹੁੰਦਾ ਤਾਂ ਮੈਂ ਉਸੀ ਬਿਲਕੁਲ ਮਤਲਬ ਕੋਈ ਲੰਮਾ ਟਾਈਮ ਲਈਏ ਕੁੱਖ ਨਹੀਂ, ਕੀ ਅੱਜ ਕੱਲ੍ਹ ਟਾਈਮ ਕਿਸੇ ਕੋਲ ਨਹੀਂ ਹੈ। ਬਿਲਕੁਲ। ਅੱਜ ਕੱਲ੍ਹ ਉਹ ਟਾਈਮ ਨਹੀਂ ਹੈ ਕਿ ਤੁਸੀਂ ਮਤਲਬ ਜਿਹਨੇ ਬੱਚੇ ਨੇ ਸਿੱਖਣਾ ਨਾ, ਜਿਹਨੇ ਕਲਾਸੀਕਲ ਵੀ ਕਰਨਾ, ਉਹਨਾਂ ਉਹ ਵੀ ਕਰੀ ਆਉਣਾ, ਉਹ ਬੇਸ਼ੱਕ ਕਿਸੇ ਦੀ ਗਾਈਡਲਾਈਨ ਲੈ ਕੇ, ਉਹ ਅੱਜ ਕੱਲ੍ਹ ਯੂਟਿਊਬ ਦੇ ਮਾਧਿਅਮ 'ਚ ਵੀ ਕਰ ਲੈਂਦੇ ਵਗ, ਅਤੇ ਅਗਰ ਕਿਸੇ ਨੇ ਸਿੱਖਣਾ ਹੋ ਤਾਂ ਤੁਸੀਂ ਮੀ ਕੰਟੈਕਟ ਕਰ ਸਕਦੇ ਹੋ, ਅਤੇ ਬਾਕੀ ਮੈਂ ਤੁਸੀਂ ਚੈਨਲ ਦਾ ਨਾਂ ਦੱਸੀ ਗੁੜਿਆ @ ਨਰੇਸ਼ ਫਲਿਊਟ, ਅਤੇ ਕਿਸੇ ਵੀ ਕੰਟੈਕਟ ਕਰੋ ਮਿਗੀ ਤੁਸੀਂ, ਅਤੇ ਮੈਂ ਆਈ ਐਮ ਅਵੇਲੇਬਲ, ਜਦੋਂ ਤੱਕ ਮੈਂ ਇੱਥੇ ਹਾਂ ਅਤੇ ਮੈਂ ਜੰਮੂ ਦੀ ਸੇਵਾ ਪੂਰੀ ਕਰਨੀ ਹੈ। ਹਾਂਜੀ ਬਿਲਕੁਲ। ਦਰਸ਼ਕੋ ਸਮੇਂ ਇੱਥੇ ਮਜਬੂਰ, ਅੱਜ ਦੀ ਕੜੀ, ਅੱਜ ਦਾ ਅੰਕ ਇੱਥੇ ਕਿ ਸੰਪੰਨ ਕਰਨੇ ਆ, ਪਰ ਤੁਹਾਡੇ ਕੰਨੇ ਵਾਅਦਾ ਜ਼ਰੂਰ ਕਰਨੇ ਆ ਕਿ ਨਰੇਸ਼ ਹੋਣੇ ਜੀ ਇੱਕ ਵਾਰੀ ਕਰਨੇ ਨਹੀਂ, ਅਸੀਂ ਦੂਈ ਵਾਰੀ ਪੱਤੀ ਮੰਗਵਾ ਕੇ, ਔਰ ਦੂਈ ਵਾਰੀ ਬੁਲਾ ਕੇ ਗਿਟਾਰ ਵੀ ਕਰਨੇ ਹੋ, ਪੱਕਾ ਇੰਸਟਰੂਮੈਂਟ ਵੀ ਕਰਨੇ ਹੋ, ਤਾਂ ਫਿਰ ਮਜ਼ਾ ਕੁਛ ਹੋਰ। ਜੀ ਜੀ। ਅਤੇ ਅੱਜ ਦੀ ਕੜੀ, ਅੱਜ ਦਾ ਅੰਕ ਇੱਥੇ ਕਿ ਸਮਾਪਤ ਕਰਨੇ ਆ। ਦਿਵਾ ਸਿੰਘ ਆ ਗਿਆ, ਜੈ ਜੰਮੂ, ਜੈ ਡੁੱਗਰ, ਜੈ ਭਾਰਤ।